ਬਾਪੂ ਕੰਡੇ ਤੇ ਬੈਠ ਕੇ ਰਹੀ ਵੇਖਦਾ, ਬਾਪੂ ਕੰਡੇ ਤੇ ਬੈਠ ਕੇ ਰਹੀ ਵੇਖਦਾ, ਕਿੰਜ ਤਰਨਗੇ ਜੁਝਾਰ ਅਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੀ ਰੋੜ ਅੰਦਰ, ਕੱਢ ਲਿਆਵਾਂਗੇ ਸਾਰੇ ਗੀਤ ਤੇਰੇ, ਕੱਚੀ ਏਸ ਚਮਕੌਰ ਦੀ ਗੜੀ ਅੱਗੇ, ਕਿਲ੍ਹਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ। ਜੀ ਹਾਂ, ਸੰਤ ਰਾਮ ਉਦਾਸੀ ਸਾਹਿਬ ਦੀਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ, ਹਾਏ ਅਤੇ ਨਾਲ ਦੀ ਨਾਲ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਦੀ ਨਾਲ ਸਵਾਗਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਔਰ ਮੇਰਾ ਖਿਆਲ ਆ ਵੀ ਤੁਸੀਂ ਸਟਾਰਟਿੰਗ ਤੋਂ ਸਮਝ ਗਏ ਹੋਣੇ ਜਾਂ ਗੱਲਬਾਤ ਤੋਂ ਸਮਝ ਗਏ ਹੋਣੇ ਕਿ ਅੱਜ ਪ੍ਰੋਗਰਾਮ ਦਾ ਰੰਗ ਕਿਹੋ ਜਿਹਾ ਰਹੇਗਾ। ਗੱਲ ਕਰੀਏ ਤਾਂ 16 ਦਸੰਬਰ ਦੀ ਸੰਗਰਾਂਦ ਸੀਗੀ ਅਤੇ ਉਸ ਤੋਂ ਬਾਅਦ 6-7 ਪੋਹ ਦੀ ਗੱਲ ਕਰੀਏ ਉਸ ਸਮੇਂ ਦੀ, ਪੁਰਾਣੇ ਦੀ, ਤਾਂ ਇਹ ਪੂਰਾ ਮਹੀਨਾ ਤਕਰੀਬਨ ਬਹੁਤ ਸ਼ਰਧਾ ਦੇ ਨਾਲ ਅਤੇ ਬਹੁਤ ਹੀ ਭਾਵਨਾਪੂਰਕ ਮਨਾਇਆ ਜਾਂਦਾ ਸਾਡੇ ਪੂਰੀ ਦੁਨੀਆ 'ਚ ਬੈਠੇ ਸਿੱਖਾਂ ਦੇ। ਅਸੀਂ ਅਗਰ ਗੱਲ ਕਰੀਏ ਤਾਂ ਅੱਜ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਜਿਹੜੀ ਸੀ ਉਸਨੂੰ ਸਾਰੇ ਲੋਕ ਯਾਦ ਕਰ ਰਹੇ ਨੇ ਕਿਸੇ ਨਾ ਕਿਸੇ ਤਰੀਕੇ। ਅਗਰ ਗੱਲ ਕਰੀਏ ਤਾਂ ਪਹਿਲੇ ਸਮਿਆਂ ਨਾਲੋਂ, ਜਿਵੇਂ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਲੰਘ ਕੇ ਗਿਆ, ਇਹ ਸ਼ਹੀਦੀ ਦਿਹਾੜੇ ਜਾਂ ਸ਼ਹੀਦੀ ਜੋੜ ਮੇਲੇ ਦਸੰਬਰ ਦੇ ਵਿੱਚ ਹੁੰਦੇ ਨੇ, ਦਸੰਬਰ ਦੇ ਐਂਡ ਦੇ ਵਿੱਚ ਹੁੰਦੇ ਨੇ, ਪਰ ਇੱਕ ਗੱਲ ਮੈਨੂੰ ਇਹ ਕੁਛ ਐਤਕੀ ਵਧੀਆ ਲੱਗੀ ਕਿ ਐਤਕੀ ਲੋਕੀ ਜ਼ਿਆਦਾ ਸਰਗਰਮ ਨੇ, ਲੋਕਾਂ ਦੀ ਜ਼ਿਆਦਾ ਕੋਸ਼ਿਸ਼ ਹੈਗੀ ਆ ਕਿ ਇਹ ਇਤਿਹਾਸ ਜਿਹੜਾ ਸਾਡਾ ਹੈਗਾ ਕਿਸੇ ਨਾ ਕਿਸੇ ਤਰੀਕੇ ਪੂਰੀ ਦੁਨੀਆ ਦੇ ਵਿੱਚ ਪਹੁੰਚੇ। ਖਾਸ ਤੌਰ 'ਤੇ ਬੱਚਿਆਂ ਦੀ ਅਗਰ ਗੱਲ ਕਰੀਏ ਤਾਂ ਬੱਚਿਆਂ ਨੂੰ ਜ਼ਰੂਰ ਪਤਾ ਹੋਵੇ, ਪਰ ਫਿਰ ਵੀ ਕਿਤੇ ਨਾ ਕਿਤੇ ਸਾਡੀ ਇਹ ਘਾਟ ਹੈਗੀ ਹੈ, ਜੇ ਵੀ ਅਸੀਂ ਕਹੀਏ, ਜੇ ਸਾਡੀ ਘਾਟ ਕਹਿ ਲਓ, ਸਾਡੀਆਂ ਜਿਹੜੀਆਂ ਪ੍ਰਬੰਧਕ ਕਮੇਟੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਲਓ, ਜਿਹੜੀ ਸਾਡੀ ਸਿਰਮੌਰ ਸੰਸਥਾ ਹੈਗੀ ਹੈ, ਉਹਨਾਂ ਦੀਆਂ ਕੁਛ ਕਮੀਆਂ ਉਣਤਾਈਆਂ ਕਰਕੇ ਕਹਿ ਲਓ ਵੀ ਜੋ ਹੋਣਾ ਚਾਹੀਦਾ ਸਿੱਖ ਇਤਿਹਾਸ ਜਿੱਥੇ ਪਹੁੰਚਣਾ ਚਾਹੀਦਾ ਉੱਥੇ ਪਹੁੰਚਾ ਨਹੀਂ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੋਏਗਾ ਕਿ ਅਸੀਂ ਵਿਨੀਪੈਗ ਦੇ ਵਿੱਚ ਸ਼ੋਅ ਕਰਨ ਗਏ ਸੀ ਬਹੁਤ ਦੇਰ ਪਹਿਲਾਂ। ਵਿਨੀਪੈਗ 'ਚ ਸਾਡਾ ਸ਼ੋਅ ਖਤਮ ਹੋਇਆ, ਉਸ ਤੋਂ ਬਾਅਦ ਜਦੋਂ ਖਾਣਾ ਖੁਣਾ ਖਾਣ ਬੈਠੇ, ਕਾਫੀ ਲੋਕ ਬੈਠੇ ਸੀ ਜਿਨ੍ਹਾਂ ਦੇ ਵਿੱਚ ਕ੍ਰਿਸਚਨ ਵੀ ਸੀਗੇ, ਜਿਨ੍ਹਾਂ ਦੇ ਵਿੱਚ ਹਰ ਤਰ੍ਹਾਂ ਦੇ ਲੋਕ, ਪੰਜਾਬੀ ਸ਼ੋਅ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਔਰ ਸਾਰੇ ਇਕੱਠੇ ਰਹਿੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਜਦੋਂ ਗੱਲਬਾਤ ਚੱਲ ਪਈ ਇੱਦਾਂ ਥੋੜ੍ਹੀ ਜਿਹੀ ਧਾਰਮਿਕ ਗੱਲ ਚੱਲ ਪਈ ਅਤੇ ਕ੍ਰਿਸਚਨ ਬੰਦਾ ਜਿਹੜਾ ਉਹ ਕਹਿੰਦਾ ਸਾਨੂੰ ਸਾਰਿਆਂ ਨੂੰ, ਕਹਿੰਦਾ ਯਾਰ ਵੀ ਮੈਨੂੰ ਤੁਹਾਡੀ ਇੱਕ ਗੱਲ ਸਮਝ ਨਹੀਂ ਆਉਂਦੀ ਸਿੱਖ ਕੌਮ ਦੀ। ਅਸੀਂ ਕਿਹਾ ਵੀ ਕੀ ਨਹੀਂ ਸਮਝ ਆਉਂਦੀ? ਉਹ ਕਹਿੰਦਾ ਵੀ ਸਾਡੇ ਇੱਕ ਸ਼ਹੀਦ ਹੋਏ ਸੀ, ਸਾਡੇ ਈਸਾ ਮਸੀਹ ਇੱਕ ਸ਼ਹੀਦ ਹੋਏ ਸੀ ਸਾਡੀ ਕੌਮ ਦੇ ਵਿੱਚ, ਅਸੀਂ ਉਹਨਾਂ ਦਾ ਪ੍ਰਚਾਰ ਕਰਕੇ ਪੂਰੀ ਦੁਨੀਆ ਨੂੰ ਪਤਾ ਹੈ ਕਿ ਸਾਡੀ ਕੌਮ ਦੇ ਵਿੱਚ ਇੱਕ ਸ਼ਹੀਦ ਹੋਏ ਸੀ, ਸ਼ਹੀਦ ਇੱਕ ਹੋਏ ਸੀ, ਪਤਾ ਪੂਰੀ ਦੁਨੀਆ ਨੂੰ ਹੈ। ਤੁਹਾਡੀ ਕਹਿੰਦਾ ਮੈਨੂੰ ਸਿੱਖ ਕੌਮ ਦੀ ਇਹ ਨਹੀਂ ਸਮਝ ਆਉਂਦੀ, ਤੁਹਾਡੇ ਪੈਰ ਪੈਰ 'ਤੇ ਸ਼ਹੀਦ ਹੋਏ ਨੇ, ਤੁਹਾਨੂੰ ਹੀ ਨਹੀਂ ਪਤਾ ਹੈਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਜਿੰਨੀ ਕੁ ਸਾਨੂੰ ਲੋੜ ਹੁੰਦੀ ਅਸੀਂ ਉੰਨੀ ਕੁ ਜਾਣਕਾਰੀ ਇਕੱਠੀ ਕਰਦੇ ਹਾਂ, ਉਸ ਤੋਂ ਵੱਧ ਜਾਣਕਾਰੀ ਵਾਸਤੇ ਕਦੇ ਸੋਚਿਆ ਹੀ ਨਹੀਂ ਵੀ ਅਸੀਂ ਜਾਣਕਾਰੀ ਉਸ ਤੋਂ ਵੱਧ ਵੀ ਇਕੱਠੀ ਕਰੀਏ ਜਾਂ ਉਸ ਤੋਂ ਉੱਪਰ ਵੀ ਬੱਚਿਆਂ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰੀਏ। ਬਹੁਤ ਸਾਰੇ ਘਰਾਂ ਦੇ ਵਿੱਚ ਮਾਹੌਲ ਬਹੁਤ ਵਧੀਆ, ਪਤਾ ਹੁੰਦਾ ਬੱਚਿਆਂ ਨੂੰ ਘਰ ਦੇ ਵਿੱਚ ਉਹੋ ਜਿਹਾ ਮਾਹੌਲ ਹੁੰਦਾ, ਪਰ ਬਹੁਤ ਸਾਰੇ ਘਰਾਂ ਦੇ ਵਿੱਚ ਨਹੀਂ ਪਤਾ ਹੁੰਦਾ ਕਿ ਆਹ ਜਿਹੜਾ ਮਹੀਨਾ ਹੈਗਾ ਇਹ ਸਾਡੇ ਸਿੱਖ ਇਤਿਹਾਸ 'ਤੇ ਕਿਵੇਂ ਬੀਤਿਆ ਸੀ, ਕਿਵੇਂ ਹੋਇਆ ਸੀ, ਕੀ ਹੋਇਆ ਸੀਗਾ। ਸਾਨੂੰ ਮੋਟੀਆਂ ਮੋਟੀਆਂ 2-3 ਗੱਲਾਂ ਪਤਾ ਹੈ ਜਿਹੜੀਆਂ ਅਸੀਂ ਗਾਂ ਬੱਚਿਆਂ ਨੂੰ ਦੱਸ ਦਿੰਦੇ ਹਾਂ, ਸਾਡੇ ਪ੍ਰਚਾਰਕ ਜਿਹੜੇ ਆ ਉਹ ਦੱਸ ਦਿੰਦੇ ਨੇ ਵੀ ਵੱਡੇ ਸਾਹਿਬਜ਼ਾਦੇ ਜਿਹੜੇ ਉਹ ਜੰਗ ਦੇ ਵਿੱਚ ਸ਼ਹੀਦ ਹੋਏ ਸੀਗੇ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਇਸ ਹਫ਼ਤੇ ਦੇ ਵਿੱਚ ਉਹਨਾਂ ਨੇ ਕੁਰਬਾਨੀ ਜਿਹੜੀ ਪ੍ਰਾਪਤ ਕੀਤੀ ਸੀਗੀ ਔਰ ਸਾਰਾ ਕੁਛ ਵਾਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਹਫ਼ਤੇ ਦੇ ਵਿੱਚ। ਚਲੋ ਇੰਨਾ ਕਹਿ ਕੇ ਗੱਲ ਖਤਮ ਕਰ ਦਿੰਦੇ ਆਪਾਂ, ਪਰ ਅਸਲ ਦੇ ਵਿੱਚ ਕੀ ਸੀਗਾ ਉਹ ਸਾਡੇ ਬਾਲੇ ਪ੍ਰਚਾਰਕ ਨਹੀਂ ਦੱਸਦੇ ਕਿ ਕਿੱਦਾਂ ਜਦੋਂ ਨੀਹਾਂ ਵਿੱਚ ਚਿਣਨਾ ਸੀਗਾ ਛੋਟੇ ਸਾਹਿਬਜ਼ਾਦੇ ਨੂੰ, ਤੋਰ ਕੇ ਉਹਨਾਂ ਨੂੰ ਪੈਦਲ ਤੋਰ ਕੇ ਮੁਰਿੰਡੇ ਲਿਆਂਦਾ ਗਿਆ ਸੀ, ਪੈਦਲ
ਆਈ ਨੀ ਕੜਕਦੀ ਠੰਡ ਦੇ ਵਿੱਚ, ਅਤੇ ਸਾਰੀ ਰਾਤ ਕੋਈ ਕੱਪੜਾ ਨਹੀਂ ਦਿੱਤਾ ਗਿਆ ਸੀਗਾ ਉਹਨਾਂ ਨੂੰ। ਹੋਰ ਵੀ ਹਜ਼ਾਰਾਂ ਕੁਛ ਸਾਡੀ ਸਿੱਖ ਇਸ ਇਤਿਹਾਸ ਦੇ ਵਿੱਚ ਇਸ ਹਫ਼ਤੇ ਦੇ ਵਿੱਚ ਹੋਇਆ ਜਿਹੜਾ ਕਿ ਸਾਨੂੰ ਬਾਹਲੇ ਲੋਕਾਂ ਨੂੰ ਨਹੀਂ ਪਤਾ, ਜਿਹਦੇ ਵਿੱਚ ਬਹੁਤ ਸਾਰੇ ਲੋਕ ਅਸੀਂ ਗੰਗੂ ਦਾ ਵੀ ਕਸੂਰ ਕੱਢਦੇ ਹਾਂ, ਪਰ ਜਿੱਥੇ ਗੰਗੂ ਦਾ ਕਸੂਰ ਕੱਢਦੇ ਹਾਂ ਅਤੇ ਉੱਥੇ ਸਲਿਊਟ ਕਰਦੇ ਹਾਂ ਦੀਵਾਨ ਟੋਡਰਮੱਲ ਨੂੰ ਵੀ, ਜਿਨ੍ਹਾਂ ਨੇ ਮੇਰਾ ਖਿਆਲ ਹੈ ਵੀ ਦੁਨੀਆ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਦੀ, ਅੱਜ ਹੁਣ ਪਿੱਛੇ ਜੇ ਪ੍ਰੋਪਰਟੀਆਂ ਦੇ ਰੇਟ ਬੜੇ ਰਹੇ ਪੰਜਾਬ ਦੇ ਵਿੱਚ ਵੀ, ਛੋਟੀ ਛੋਟੀ ਪ੍ਰੋਪਰਟੀ ਵੀ ਕਰੋੜਾਂ ਅਰਬਾਂ ਦੀ ਵਿਕੀ ਆ, ਪਰ ਜਿੰਨੇ ਮਰਜ਼ੀ ਮਹਿੰਗੇ ਰਹੇ ਹੁਣ ਤਾਂ, ਪਰ ਸਭ ਤੋਂ ਮਹਿੰਗੀ ਜ਼ਮੀਨ ਦੇ ਦੁਨੀਆ ਦੀ ਗੱਲ ਕਰੀਏ ਤਾਂ ਉਹ ਦੀਵਾਨ ਟੋਡਰਮੱਲ ਨੇ ਹੀ ਖਰੀਦੀ ਸੀ ਛੋਟੇ ਸਾਹਿਬਜ਼ਾਦਿਆਂ ਵਾਸਤੇ। ਸੋ ਅੱਜ ਦਾ ਪ੍ਰੋਗਰਾਮ ਮੈਂ ਇਹ ਚਾਹੁੰਦਾ ਕਿ ਮੈਂ ਹਮੇਸ਼ਾ ਤਕਰੀਬਨ ਚਲੋ ਜਿੰਨੀ ਕੁ ਮੈਨੂੰ ਜਾਣਕਾਰੀ ਹੁੰਦੀ ਉਹ ਅਤੇ ਨਾਲ ਮੈਂ ਪੜ੍ਹ ਕੇ ਲੈ ਕੇ ਅਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਹੁੰਦਾ। ਅੱਜ ਮੇਰੀ ਕੋਸ਼ਿਸ਼ ਇਹ ਹੈ ਜੀ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਇਸ ਹਫ਼ਤੇ ਬਾਰੇ। ਅਸੀਂ 6-7 ਪੋਹ ਤੋਂ ਗੱਲ ਕਰਦੇ ਹਾਂ, 16 ਦਸੰਬਰ ਨੂੰ ਜੇ ਸੰਗਰਾਂਦ ਸੀਗੀ ਤਾਂ 6-7 ਪੋਹ ਆ, 22-23 ਤੋਂ ਬਣਦਾ, 23 ਤਰੀਕ ਅੱਜ ਹੈਗੀ ਆ। ਅਤੇ ਅੱਜ ਤੋਂ ਮੇਰਾ ਵੈਸੇ ਅਸੀਂ ਅੱਜ ਮਨੋਰੰਜਨ ਦਾ ਪ੍ਰੋਗਰਾਮ ਕਰਨ ਦਾ ਜਿੱਦਾਂ ਹੁੰਦਾ, ਸੋਮਵਾਰ ਨੂੰ ਮੁਹੰਮਦ ਰਫੀ ਦਾ ਜਨਮਦਿਨ ਆ ਰਿਹਾ ਸੀਗਾ ਉੱਧਰੋਂ, ਅਤੇ ਨਾਲ ਦੀ ਨਾਲ ਊਧਮ ਸਿੰਘ ਜੀ ਦੀ ਉਹਨਾਂ ਦਾ ਵੀ ਜਨਮਦਿਨ ਆ ਰਿਹਾ ਸੀਗਾ, ਅਤੇ ਪਰ ਅਸੀਂ ਕਿਹਾ ਵੀ ਨਹੀਂ ਅਸੀਂ ਜਿਹੜੇ ਸਭ ਤੋਂ ਸਾਡਾ ਜ਼ਰੂਰੀ ਚੀਜ਼ ਆ ਅਸੀਂ ਅੱਜ ਉਹਨਾਂ ਨੂੰ ਯਾਦ ਕਰਾਂਗੇ, ਜਿਨ੍ਹਾਂ ਕਰਕੇ ਉਸ ਤੋਂ ਬਾਅਦ ਮੁਹੰਮਦ ਰਫੀ ਸਾਹਿਬ ਹੋਏ ਨੇ, ਜਿਨ੍ਹਾਂ ਕਰਕੇ ਉਸ ਤੋਂ ਬਾਅਦ ਊਧਮ ਸਿੰਘ ਜੀ ਹੋਏ ਨੇ। ਸੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਅਸੀਂ ਯਾਦ ਕਰਨਾ, ਆਪੋ ਆਪਣੇ ਤਰੀਕੇ ਨਾਲ ਗੱਲ ਕਰ ਸਕਦੇ ਹਾਂ। ਅਸਲ ਦੇ ਵਿੱਚ ਜੋ ਸਾਨੂੰ ਪੜ੍ਹਾਇਆ ਜਾਂਦਾ ਜਾਂ ਜੋ ਅਸੀਂ ਜੋ ਗਾਣੇ ਦੇ ਵਿੱਚ ਦੇਖਦੇ ਹਾਂ ਉਹ ਸੱਚਾਈ ਸਾਨੂੰ ਲੱਗਦੀ ਵੀ ਇਹੀ ਸੱਚਾਈ ਹੋਏਗੀ, ਕੋਈ ਫਿਲਮ ਦੇਖਦੇ ਹਾਂ ਉਹ ਲੱਗਦਾ ਇਹੀ ਸੱਚਾਈ ਹੋਏਗੀ, ਪਰ ਇਹ ਅੱਜ ਕੱਲ੍ਹ ਦੇਖਣ ਦੇ ਵਿੱਚ ਆਇਆ ਵੀ ਇਤਿਹਾਸ ਜਿਹੜਾ ਸਾਨੂੰ ਪੜ੍ਹਾਇਆ ਜਾ ਰਿਹਾ ਉਹ ਸਹੀ ਨਹੀਂ ਹੈ, ਸਹੀ ਕਿੰਨਾ ਕੁ ਹੈਗਾ। ਅਸੀਂ ਜਿਹੜੇ ਸਿੱਖ ਸੋਰੀ ਕਹਿ ਲਓ ਸਾਨੂੰ ਕਿੰਨੀ ਕੁ ਜਾਣਕਾਰੀ ਕਿੰਨੀ ਕੁ ਨਹੀਂ ਜਾਣਕਾਰੀ ਕਰ ਸਕਦੇ। ਅਗਰ ਗੱਲ ਕਰੀਏ ਅੱਲਾ ਯਾਰ ਖਾਨ ਜੋਗੀ ਜਿਹੜਾ, ਉਹ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਜੀ ਸਿਫਤ ਦੇ ਵਿੱਚ ਕੀ ਲਿਖਾਂ, ਮੈਂ ਤਾਂ ਕੀ ਸਾਰੀ ਦੁਨੀਆ ਸਾਰੀ ਜ਼ਿੰਦਗੀ ਲੱਗੀ ਰਹੇ ਤਾਂ ਵੀ ਉਹਨਾਂ ਦੀ ਤਾਰੀਫ ਦੇ ਵਿੱਚ ਕੁਛ ਲਿਖਣਾ ਨਾਮੁਮਕਿਨ ਹੈ। ਪੂਰੇ ਸਮੁੰਦਰ ਦੀ ਸ਼ਾਹੀ ਬਣ ਜਾਵੇ ਤਾਂ ਵੀ ਉਹ ਸਮੁੰਦਰ ਦੀ ਸ਼ਾਹੀ ਜਿਹੜੀ ਉਹ ਥੋੜ੍ਹੀ ਹੈ ਉਹਨਾਂ ਦੀ ਤਾਰੀਫ ਲਿਖਣ ਦੇ ਬਾਅਦ। ਆਖ ਸੇ ਕਿਆ ਬੁਲਬਲਾ ਕੁੱਲ ਬਹਿਰ ਕੋ ਦੇਖੇ, ਸਾਗਰ ਕੋ ਮੰਝਦਾਰ ਕੋ ਜਾਂ ਲਹਿਰ ਕੋ ਦੇਖੇ। ਇਹ ਅੱਲਾ ਯਾਰ ਖਾਨ ਜਿਹੜੇ ਹੈਗੇ ਸੀ ਯੋਗੀ, ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਮੈਂ ਇੱਕ ਬੁਲਬਲਾ ਜਿਹੜਾ ਉਹ ਸਮੁੰਦਰ ਦੇ ਵਿੱਚ ਕੀ ਦੇਖ ਸਕਦਾ, ਇੱਕ ਬੁਲਬਲਾ ਸਮੁੰਦਰ ਦੇ ਵਿੱਚ ਛੋਟਾ ਜਿਹਾ ਹੈਗਾ ਉਹ ਕੀ ਤਾਰੀਫ ਕਰ ਸਕਦਾ, ਲਹਿਰ ਦੀ ਤਾਰੀਫ ਕਰ ਸਕਦਾ ਵੀ ਲਹਿਰਾਂ ਕਿੰਨੀਆਂ ਕੁ ਨੇ, ਮੰਝਦਾਰ ਦੇਖ ਸਕਦਾ ਜਾਂ ਫਿਰ ਸਾਗਰ ਨੂੰ ਦੇਖ ਸਕਦਾ ਕੀ ਦੇਖ ਸਕਦਾ। ਸੋ ਉਹਨਾਂ ਨੇ ਇਹ ਤਾਰੀਫ ਦੇ ਵਿੱਚ ਬੜੀ ਵਧੀਆ ਗੱਲ ਜਿਹੜੀ ਇਹ ਕਹੀ ਹੈਗੀ ਆ। ਔਰ ਅਗਰ ਅਸੀਂ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੇ ਇਤਿਹਾਸ ਅਸੀਂ ਪੜ੍ਹਦੇ ਹਾਂ ਤਾਂ ਉਹ ਇੱਕ ਤਿਆਗ ਦੀ ਕੁਰਬਾਨੀ ਦੀ ਅਤੇ ਯੁੱਧ ਨੀਤੀ ਦੀ ਮਿਸਾਲ ਹੈਗੇ ਸੀ ਗੁਰੂ ਗੋਬਿੰਦ ਸਿੰਘ। ਤਿਆਗ ਕੁਰਬਾਨੀ ਯੁੱਧ ਨੀਤੀ ਮੈਂ ਤਿੰਨਾਂ ਦੇ ਵਿੱਚ ਦੇਖ ਲਓ ਕਿੰਨਾ ਕੁਛ ਆ ਗਿਆ। ਤਿਆਗ ਦੀ ਗੱਲ ਕਰੀਏ ਪਰਿਵਾਰ ਤਿਆਗਿਆ ਸਾਰਾ ਪਰਿਵਾਰ ਅਤੇ ਕੁਰਬਾਨੀ ਸਾਰੇ ਪਰਿਵਾਰ ਦੀ ਦਿੱਤੀ ਆ, ਆਪਣੀ ਕੁਰਬਾਨੀ ਉਹਨਾਂ ਨੇ ਦਿੱਤੀ ਆ। ਅਤੇ ਯੁੱਧ ਨੀਤੀ ਦੀ ਗੱਲ ਕਰੀਏ ਤਾਂ ਯੁੱਧ 14 ਹਮਲੇ ਕਹਿੰਦੇ 14 ਲੜਾਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਲੜੀਆਂ ਨੇ ਕਹਿੰਦੇ, ਅਤੇ 14 ਦੇ ਵਿੱਚ ਪਹਿਲਾ ਹਮਲਾ ਕਦੇ ਆਪ ਨਹੀਂ ਕੀਤਾ ਉਹਨਾਂ ਨੇ 14 ਲੜਾਈਆਂ ਦੇ ਵਿੱਚ ਹੀ। ਕਿਸੇ ਵੀ ਯੁੱਧ ਵਿੱਚ ਉਹਨਾਂ ਨੇ ਦੁਸ਼ਮਣ ਨੂੰ ਬੰਦੀ ਨਹੀਂ ਬਣਾਇਆ, ਕਿੱਡੀ ਵੱਡੀ ਗੱਲ ਹੈ। ਅਤੇ ਕਿਸੇ ਵੀ ਯੁੱਧ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਧਰਮ ਪਰਿਵਰਤਨ ਕਰਨ ਵਾਸਤੇ ਜ਼ੋਰ ਨਹੀਂ ਪਾਇਆ, ਉਕਸਾਇਆ ਨਹੀਂ ਜਾਂ ਕਿਹਾ ਨਹੀਂ ਹੈਗਾ। ਔਰ ਇਦੂ ਵੱਡੀ ਗੱਲ ਕੀ ਹੋ ਸਕਦੀ ਹੈ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਗੱਲਬਾਤ। ਅੱਜ ਜਿਹੜੀ ਅਸੀਂ ਕਰ ਰਹੇ ਸੀ 23 ਦਸੰਬਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਜਿਹੜੀ ਸ਼ਹੀਦੀਆਂ ਹੋਈਆਂ ਸੀ ਉਹਨਾਂ ਬਾਰੇ ਗੱਲਬਾਤ ਕਰ ਰਹੀ ਹੈ, ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਜਿਨ੍ਹਾਂ ਨੇ ਸਾਰਾ ਪਰਿਵਾਰ ਮਾਰਤਾ। ਜਦਕਿ ਅਸੀਂ ਆਪਣੀ ਗੱਲ ਕਰੀਏ ਅਗਰ ਆਪਣੇ ਆਪ ਨੂੰ ਕੰਪੇਅਰ ਵੀ ਕਰੀਏ ਨੇੜੇ ਤੇੜੇ ਤਾਂ ਸਾਡੇ ਨਿਆਣੇ ਦੇ ਕੋਈ ਮਾੜੀ ਜਿਹੀ ਮੋਟੀ ਖਰੋੜ 'ਚ ਵੀ ਆ ਜਾਏ, ਮਾੜੀ ਮੋਟੀ ਸੱਟ ਵੀ ਲੱਗ ਜਾਏ ਤਾਂ ਠੰਡ ਦੇ ਵਿੱਚ ਇਹੋ ਜਿਹੀ ਠੰਡ ਦੇ ਵਿੱਚ ਤਾਂ ਭਾਅ ਦੀ ਬਣ ਜਾਂਦੀ ਪੂਰੇ ਟੱਬਰ ਦੀ। ਇਹ ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ ਕਿ ਉਸ ਸਮੇਂ ਕੀ ਹੋਇਆ ਹੋਏਗਾ, ਕੀ ਉਹਨਾਂ ਦੇ ਦਿਲ 'ਤੇ ਬੀਤੀ ਹੋਏਗੀ। ਮੇਰੇ ਨਾਲ ਐੱਸ ਅਸ਼ੋਕ ਭੌਰਾ ਜੀ ਜੋ ਕਿ ਬਹੁਤ ਵਧੀਆ ਲੇਖਕ ਨੇ, ਬੜੇ ਲੰਬੇ ਸਮੇਂ ਤੋਂ ਮੀਡੀਆ ਦੇ ਵਿੱਚ ਜੁੜੇ ਹੋਏ ਨੇ, ਬਹੁਤ ਪੁਰਾਣੇ
ਮੈਂ ਚਾਹਾਂਗਾ ਇਹਨਾਂ ਨਾਲ ਥੋੜ੍ਹੀ ਦੇਰ ਵਾਸਤੇ ਗੱਲਬਾਤ ਜ਼ਰੂਰ ਕਰਨੀ ਚਾਹਾਂਗਾ, ਇਹਨਾਂ ਦੇ ਵਿਚਾਰ ਲੈਣੇ ਚਾਹਾਂਗਾ। ਭੌਰਾ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਦਿੱਲੀ ਜੀ, ਤੇ ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਇਆਂ ਨੂੰ। ਬੜਾ ਬੜੀ ਠੰਡ ਹੈ ਤੇ ਦਸੰਬਰ ਦਾ ਆਖਰੀ ਹਫ਼ਤਾ ਚੱਲਿਆ ਜੀ, ਔਰ ਇਹੋ ਜਿਹੀ ਠੰਡ ਦੇ ਵਿੱਚ ਹੀ ਉਦੋਂ ਦੇਖੋ ਠੰਡੇ ਬੁਰਜ, ਕੋਈ ਕੱਪੜਾ ਨਹੀਂ ਕੋਲੇ, ਤੇ ਕੀ ਮਾਹੌਲ ਹੋਏਗਾ ਸੋਚ ਕੇ ਹੀ ਦਿਲ ਕੰਬ ਉੱਠਦਾ। ਤੇ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ? ਦੇਖੀ ਜੀ, ਦੋ ਦੋ ਤਿੰਨ ਗੱਲਾਂ ਨੇ ਕਿ ਪਹਿਲੀ ਗੱਲ ਇਹ ਹੈਗਾ ਕਿ ਜੇ ਤੁਸੀਂ ਸਿੱਖ ਹੋ ਤੇ ਤੁਹਾਡੀ ਆਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਹੈ ਤੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ, ਤੇ ਇਹ ਜਿਹੜਾ ਪੀਰੀਅਡ ਜਿਹੜਾ ਆ ਸਮਾਂ ਚੱਲਦਾ ਦਸੰਬਰ ਦਾ, ਇਹ ਸਿੱਖ ਕੌਮ ਲਈ ਬੜਾ ਖਾਸ ਹੈ ਜੀ। ਇਸ ਕਰਕੇ ਵੀ ਖਾਸ ਹੈ ਕਿ ਇਹ ਕਦੇ ਇੱਕ ਹਿਸਾਬ ਕਿਤਾਬ ਲਾ ਕੇ ਦੇਖੋ ਵੀ ਦਸਵੇਂ ਪਾਤਸ਼ਾਹ ਨੇ ਇਸ ਸਾਰੇ ਪਰਿਵਾਰ ਵਾਰ ਕੇ ਸਿੱਖ ਕੌਮ ਨੂੰ ਬੜਾ ਕੁਛ ਦਿੱਤਾ ਜੀ। ਤੁਸੀਂ ਇਹਦੇ ਬਦਲੇ ਚ ਕੀ ਦੇ ਰਹੇ ਹੋ? ਇਹ ਜਿਹੜਾ ਲੜਨ ਝਗੜਨ ਦਾ ਸਮਾਂ ਨਹੀਂ ਹੈ, ਜੇ ਸਿੱਖ ਕੌਮ ਦੀ ਗੱਲ ਖਾਨਾ ਚੰਗੀ ਦੀ ਗੱਲ ਹੋ ਰਹੀ ਹੈ, ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਵੀ ਸਰਸਾ ਨਦੀ ਤੇ ਪਰਿਵਾਰ ਵਿਛੜ ਗਿਆ ਜੀ। ਦੋ ਪੁੱਤਰ ਚਮਕੌਰ ਦੀ ਗੜੀ ਚ ਸ਼ਹੀਦ ਹੋ ਗਏ, ਦੋ ਪੁੱਤਰ ਸਰਹੰਦ ਦੀਆਂ ਦਵਾਰਾਂ ਚ ਚਣੇ ਗਏ, ਮਾਤਾ ਗੁਜਰੀ ਪਿਤਾ ਦਿੱਲੀ ਸ਼ਹੀਦ ਕਰਾਤਾ, ਮਾਤਾ ਗੁਜਰੀ ਬੁਰਜ ਨੂੰ ਟਿੱਕ ਪੂਰੇ ਹੋ ਗਏ। ਆਪ ਟਿੰਟ ਦਾ ਸਰਾਣਾ ਲਾ ਕੇ ਜੰਗਲਾਂ ਚ ਰਾਤਾਂ ਕੱਟਣੀਆਂ ਪੈ ਗਈਆਂ। ਜੇ ਉਸ ਵੇਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੌਸਲਾ ਹਾਰ ਜਾਂਦੇ ਤਾਂ ਅੱਜ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੇ ਅਰਥ ਨਹੀਂ ਪਤਾ ਹੋਣੇ ਚਾਹੀਦੇ ਹੋਣੇ ਸੀਗੇ ਕਿ ਚੜ੍ਹਦੀ ਕਲਾ ਕਿਹਨੂੰ ਕਹਿੰਦੇ ਆ ਜੀ। ਬਿਲਕੁਲ, ਜਿਨ੍ਹਾਂ ਨੇ ਦੁਬਈ ਦਾ ਬੁਰਜ ਖਲੀਫਾ ਤਾਂ ਵੇਖਿਆ, ਪਰ ਉਹ ਸਿੱਖ ਨੇ ਉਹਨਾਂ ਨੂੰ ਆਪਣੇ ਪੁੱਤਰਾਂ ਨੂੰ ਇੱਕ ਵਾਰੀ ਠੰਡਾ ਬੁਰਜ ਤਾਂ ਦਿਖਾਉਣਾ ਚਾਹੀਦਾ, ਜਾ ਕੇ ਵੇਖਣਾ ਚਾਹੀਦਾ। ਠੰਡਾ ਬੁਰਜ ਕੀ ਆ ਕਿ ਥੱਲੇ ਦੀ ਪਾਣੀ ਵਗਦਾ ਵਗਦਾ ਸੀ ਤੇ ਉਹ ਪਾਣੀ ਜਦੋਂ ਹਵਾ ਨਾਲ ਠੰਡਾ ਹਵਾ ਠੰਡੀ ਹੁੰਦੀ ਸੀ ਤੇ ਉਹ ਗਰਮੀਆਂ ਨੂੰ ਵੀ ਠੰਡਾ ਬੁਰਜ ਹੁੰਦਾ ਸੀ, ਬੁਰਜ ਠੰਡਾ ਹੁੰਦਾ ਸੀ। ਤੁਸੀਂ ਅੰਦਾਜ਼ਾ ਲਾ ਦੋ ਕਿ ਇੱਕ ਹਕੀਕਤ ਹੈ, ਕਿਹਾ ਜਾਂਦਾ ਕਿ ਦਿਨ ਕਾਲਾ ਪੋਹ 13 ਦਾ ਜਦੋਂ ਜ਼ੁਲਮਾਂ ਦੀ ਬੱਚ ਗਈ ਹਨੇਰੀ, ਬੁਰਜ ਤੋਂ ਮਾਤਾ ਗੁਜਰੀ ਹੋਈ ਡਿੱਗ ਕੇ ਖਾਕ ਦੀ ਢੇਰੀ, ਬੱਦਲਾਂ ਚ ਚੰਨ ਲਿਖਿਆ ਲੁਕਿਆ ਪੌਣ ਨੀਵੀਆਂ ਸ਼ਰਮ ਨਾਲ ਤਾਰੇ, ਕੰਧੇ ਸਰਹੰਦ ਦੀਏ ਕਿੱਥੇ ਗਏ ਦਸ਼ਮੇਸ਼ ਦੇ ਦੁਲਾਰੇ। ਜਿਹੜਾ ਉਸ ਵੇਲੇ ਸਿਖਰ ਦੀ 13 ਪੋਹ, ਇਹਨੂੰ ਪੋਹ ਦਾ ਮਹੀਨਾ, ਇਹਨੂੰ ਸੈਂਟਰ ਚ ਅੱਧਾ ਪੋਹ ਦਾ ਮਹੀਨਾ, ਸਿਖਰ ਦੀ ਠੰਡ ਹੋਵੇ ਤੇ ਉਹ ਬੁਰਜ ਜਿਹੜਾ ਗਰਮੀਆਂ ਨੂੰ ਵੀ ਠੰਡਾ ਹੋਵੇ, ਜ਼ਮੀਨ ਤੇ ਪੈਣਾ ਪੈ ਜਾਵੇ, ਲੀੜਾ ਕੋਈ ਕੋਲ ਨਾ ਹੋਵੇ ਤੇ ਪੁੱਤਰ 9 ਤੇ 7 ਸਾਲ ਦੇ, ਮਾਫ ਕਰਨਾ, ਪੋਤਰੇ 7 ਸਾਲ ਦੇ ਤੇ 9 ਸਾਲ ਦੇ ਹੋਣ, ਦਾਦੀ ਕੋਲ ਹੋਵੇ, ਦਾਦੀ ਨੂੰ ਪੋਤਰੇ ਬਹੁਤ ਪਿਆਰੇ ਹੁੰਦੇ ਆ, ਉਹ ਕਿਵੇਂ ਕਿਵੇਂ ਰਾਤ ਕੱਟੀ ਹੋਊਗੀ। ਬਿਲਕੁਲ, ਇਤਿਹਾਸਕਾਰ ਦੱਸਦੇ ਨੇ ਕਿ ਜਦੋਂ ਮਰਿੰਡੇ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ, ਉੱਥੇ ਲੈ ਕੇ ਗਏ, ਸਵੇਰ ਨੂੰ ਪੇਸ਼ ਕੀਤਾ, ਉਹਨਾਂ ਦੇ ਹੱਥਾਂ ਦੀ ਬੁੱਲ ਨੀਲੇ ਹੋ ਚੁੱਕੇ ਸੀ ਠੰਡ ਨਾਲ, ਪੈਦਲ ਹੱਥ ਜਿਹੜੇ ਸੀ। ਹਾਂ, ਇਹ ਜਿਹੜਾ ਮਤਲਬ ਉਹ ਦ੍ਰਿਸ਼ ਜਿਹੜਾ ਨਾ ਅੱਖਾਂ ਨੂੰ ਮਤਲਬ ਕਲਪਨਾ ਕਰਕੇ ਵੀ ਤੁਹਾਡੀ ਅੱਖ ਆਪਣੇ ਆਪ ਅੱਥਰੂ ਉਗਲ ਦਿੰਦੀ ਹੈ। ਬਿਲਕੁਲ ਜੀ, ਬਿਲਕੁਲ। ਸੋ ਇਹ ਸ਼ਹਾਦਤ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਹੈ, ਇਹ ਸ਼ਹਾਦਤ ਸਧਾਰਨ ਨਹੀਂ ਹੈ, ਠੀਕ ਹੈ। ਸੋ ਇਹ ਦਿਨ ਜਿਹੜੇ ਆ ਨਾ, ਘੱਟੋ ਘੱਟ ਸਿੱਖ ਕੌਮ ਲਈ ਬਹੁਤ ਦੁਨੀਆਂ ਦੇ ਇਤਿਹਾਸ ਵਿੱਚ ਕੁਰਬਾਨੀਆਂ ਬੜੀਆਂ ਹੋਈਆਂ ਹੋਣਗੀਆਂ। ਪਹਿਲੀ ਗੱਲ ਤਾਂ ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਵੈਸੇ ਸਾਰਿਆਂ ਨੂੰ ਪਤਾ, ਇਹ ਦੂਸਰਿਆਂ ਲਈ ਮਰਨ ਮਿਟਣ ਵਾਲੀ ਕੌਮ ਹੈ, ਮਰਜ਼ੀ ਬਣਿਆ ਦੀ ਕੌਮ, ਇਸ ਕਰਕੇ ਕਿਹਾ ਜਾਂਦਾ। ਦੂਜੀ ਗੱਲ ਕਿ ਕੋਈ ਦੁਨੀਆਂ 'ਚ ਐਸੀ ਉਦਾਹਰਣ ਨਹੀਂ ਕਿ ਪਤੀ ਵੀ ਦਿੱਤਾ ਹੋਵੇ, ਪੁੱਤ ਵੀ ਦਿੱਤੇ ਹੋਣ, ਪੋਤਰੇ ਵੀ ਦਿੱਤੇ ਹੋਣ, ਕੋਈ ਉਦਾਹਰਣ ਹੀ ਨਹੀਂ ਕਿ ਸਾਰਾ ਵੰਸ਼ ਹੀ ਵਾਰ ਦਿੱਤਾ ਹੋਵੇ। ਨਹੀਂ, ਹਾਂਜੀ ਹਾਂਜੀ, ਸਿੱਖ ਇਤਿਹਾਸ ਤੋਂ ਬਿਨਾਂ ਕਿਤੇ ਵੀ ਨਹੀਂ ਹੈ ਕਿਤੇ। ਇੱਕ ਨਾ ਕਹਿੰਦੇ ਵੀ ਜਦੋਂ ਨਾ ਇਹ ਸੋਚ ਕੇ ਦੇਖਿਆ ਕਰੋ, ਕਈ ਲੋਕ ਨਾ ਮਾੜੀ ਜਿਹੀ ਵੀ ਕੁਛ ਵਕਤ ਅੱਗੇ ਪਿੱਛੇ ਹੋ ਜਾਵੇ ਨਾ, ਹਾਈ ਮਰ ਗਈ ਕਰਦੇ ਫਿਰਦੇ ਆ। ਸੋਚ ਕੇ ਦੇਖੋ, ਤੁਹਾਡੀ ਕੋਈ ਸਮੱਸਿਆ ਸਾਹਿਬੇ ਕਮਾਲ ਤੋਂ ਵੱਡੀ ਨਹੀਂ ਹੈ। ਬਿਲਕੁਲ ਬਿਲਕੁਲ ਬਿਲਕੁਲ, ਕੋਈ ਵੀ ਪੀੜਾ ਤੁਹਾਡੀ ਸਾਹਿਬੇ ਕਮਾਲ ਤੋਂ ਵੱਡੀ ਨਹੀਂ ਹੈ। ਜੀ ਜੀ, ਉਹ ਜਿਸ ਜਿਹਨੇ ਸਾਰਾ ਪਰਿਵਾਰ ਬਾਰ ਕੇ ਤੁਹਾਨੂੰ ਇਹ ਖਾਲਸਾ ਪੰਥ ਦੀ ਸਿਰਜਣਾ ਕਰਕੇ ਦਿੱਤੀ ਆ, ਉਸ ਪੰਥ ਨੂੰ ਸਮਝਣ ਦੀ ਲੋੜ ਹੈ ਜੀ।
ਉਹ ਇਹ ਵਕਤ ਜਿਹੜਾ ਇਹ ਵਿਚਾਰ ਲੈਣਾ ਚਾਹੀਦਾ ਕਿ ਲੜਨਾ ਝਗੜਨਾ ਚਾਹੀਦਾ ਕਿ ਕੀ ਕਰਨਾ ਚਾਹੀਦਾ ਇਸ ਸਮੇਂ ਤੇ। ਇੱਕ ਭੌਰਵ ਸਾਹਿਬ ਗੱਲਾਂ ਤਾਂ ਬਹੁਤ ਨੇ ਹਜੇ ਹੋਰ ਵੀ ਕਰਨ ਵਾਲੀ। ਇੱਕ ਸਾਨੂੰ ਨਾ ਵਿਨੀਪੈਗ ਦੇ ਵਿੱਚ ਅਸੀਂ ਪਹਿਲਾਂ ਕਾਫੀ ਦੇਰ ਪਹਿਲਾਂ ਦੀ ਗੱਲ ਸ਼ੋਅ ਕਰਨ ਗਏ ਸੀ ਤੇ ਕਿਸੇ ਕ੍ਰਿਸਚਨ ਉੱਥੇ ਸਾਰੇ ਆਏ ਸੀਗੇ ਤੇ ਕ੍ਰਿਸਚਨ ਨੇ ਇੱਕ ਸਵਾਲ ਕੀਤਾ ਸੀ ਵੀ ਸਾਡੇ ਇੱਕ ਸ਼ਹੀਦ ਹੋਇਆ ਸੀ ਪੂਰੀ ਦੁਨੀਆਂ ਨੂੰ ਦੱਸਤਾ, ਤੁਹਾਡੇ ਸਿੱਖਾਂ ਦੇ ਪੈਰ ਪੈਰ ਤੇ ਸ਼ਹੀਦ ਨੇ ਤੇ ਤੁਹਾਨੂੰ ਹੀ ਨਹੀਂ ਪਤਾ ਤੇ ਇਹ ਇਹਦਾ ਕੀ ਕਾਰਨ ਆ ਤੇ ਇਹਦੇ ਕੀ ਹੱਲ ਨੇ, ਕਿਵੇਂ ਪਤਾ ਲੱਗ ਸਕਦਾ ਸਾਡਾ ਇਸ ਏਡੇ ਮਹਾਨ ਇਤਿਹਾਸ ਬਾਰੇ? ਈਵਨ ਸਾਨੂੰ ਵੀ ਨਹੀਂ ਬੜਾ ਪਤਾ ਹੁੰਦਾ, ਬੱਚਿਆਂ ਨੂੰ ਤਾਂ ਕੀ ਪਤਾ ਹੋਣਾ। ਦੇਖੀ ਜੀ, ਮੈਂ ਇਹਦੇ ਬਾਰੇ ਕਿਉਂਕਿ ਸਿੱਖ ਇਤਿਹਾਸਕਾਰ ਜਿਹੜੇ ਨੇ, ਪੰਥ ਦੇ ਵਾਰਿਸ ਨੇ ਜਿਹੜੇ, ਉਹਨਾਂ ਨੂੰ ਇਹਨਾਂ ਗੱਲਾਂ ਦੇ ਜਵਾਬ ਦੇਣੇ ਚਾਹੀਦੇ ਆ ਔਰ ਵਕਤ ਮੰਗੇਗਾ ਕਦੇ। ਪਰ ਮੈਂ ਤੁਹਾਨੂੰ ਇੱਕ ਨਾ 25 ਦਸੰਬਰ ਨੂੰ ਜੋੜ ਮੇਲੇ ਤੇ ਉੱਥੇ ਲੱਗਣਗੀਆਂ ਸਟੇਜਾਂ ਲੱਗਣਗੀਆਂ ਪਾਰਟੀ ਦੀਆਂ, ਔਰ ਮੇਰਾ ਨਹੀਂ ਖਿਆਲ ਕੋਈ ਉਹਨਾਂ ਦੀ ਕੋਈ ਯਾਦ ਦੇ ਵਿੱਚ ਗੱਲ ਕਹਿੰਦਾ ਹੋਊ ਜਾਂ ਉਹਨਾਂ ਦਾ ਇਤਿਹਾਸ ਬਾਰੇ ਕੋਈ ਦੱਸਦਾ ਹੋਊ ਇੱਕ ਦੂਜੇ ਤੇ। ਇਹ ਰੈਲੀਆਂ ਹੋਣੀਆਂ ਚਾਹੀਦੀਆਂ ਧਾਰਮਿਕ ਜੋੜ ਮੇਲਿਆਂ ਤੇ ਕਿ ਨਹੀਂ ਹੋਣੇ ਚਾਹੀਦੇ ਤੁਹਾਡੇ ਹਿਸਾਬ ਨਾਲ? ਮੇਰੇ ਖਿਆਲ 'ਚ ਤੁਹਾਨੂੰ ਸ਼ਾਇਦ ਤੁਹਾਡੇ ਨੋਟਿਸ ਹੋਣਾ ਕਿ ਪਿਛਲੇ ਅਰਸੇ ਦੌਰਾਨ, ਪਿਛਲੇ ਸਾਲ 'ਚ ਹੋਇਆ ਜਾਂ ਉਦੋਂ ਪਿਛਲੇ ਸਾਲ 'ਚ ਹੋਇਆ, ਹੁਣ ਇਹਨਾਂ ਸਰਹੰਦ ਜਾਂ ਇਹ ਇਹਨਾਂ ਇਹਨਾਂ ਰੈਲੀਆਂ 'ਚ ਪੋਲੀਟਿਕ ਗੱਲਾਂ ਹੋਣੀਆਂ ਬੰਦ ਹੋ ਗਈਆਂ। ਹਾਂਜੀ, ਠੀਕ ਹੈ, ਕਾਫੀ ਲੰਬੇ ਸਮੇਂ ਇਹ ਜਿਹੜਾ ਸਭ ਤੋਂ ਵਧੀਆ ਹੋਇਆ, ਪਰ ਫਿਰ ਵੀ ਕਿਤੇ ਹੁੰਦੀ ਹੋਵੇਗੀ ਕਿ ਮੈਨੂੰ ਪੂਰਾ ਨਹੀਂ ਪਤਾ। ਵੀ ਨਾ ਜਦੋਂ ਨੌਵੇਂ ਪਾਤਸ਼ਾਹ, ਇੱਕ ਪਰਿਵਾਰ ਦੀਆਂ ਦੋ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦਾ। ਜਦੋਂ ਨੌਵੇਂ ਪਾਤਸ਼ਾਹ ਦਾ ਦਿੱਲੀ ਚਾਂਦਨੀ ਚੌਂਕ 'ਚ ਸੀਸ ਕਤਲ ਹੋਣਾ ਸੀ, ਬਲੀਦਾਨ ਦੇਣਾ ਸੀ ਉਹਨਾਂ ਨੇ, ਸਮਾਣੇ ਦਾ ਜਲਾਲੋਦੀਨ ਸੀਗਾ ਜਿਹੜਾ ਗੁਰੂ ਸਾਹਿਬ ਦਾ, ਜਿਹਨੇ ਸੀਸ ਕਤਲ ਕਰਨਾ ਸੀ। ਔਰੰਗਜ਼ੇਬ ਆ ਗਿਆ, ਫਿਰ ਉਹਨੇ ਪਹਿਲਾਂ ਜਲਾਲੋਦੀਨ ਨੇ ਪੁੱਛਿਆ ਜਿਹੜਾ ਸਮਾਣੇ ਦਾ ਸੀ ਵੀ ਬਾਬਾ ਦੀਨ ਕਬੂਲ ਕਰ ਲਓ, ਸਾਰਾ ਕੁਛ ਮਿਲ ਜਾਏਗਾ। ਤੇ ਫਿਰ ਔਰੰਗਜ਼ੇਬ ਆ ਗਿਆ, ਜਿਹੜੀ ਗੁਰੂ ਸਾਹਿਬ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਜਿਹੜਾ ਉਸ ਵੇਲੇ ਔਰੰਗਜ਼ੇਬ ਨੂੰ ਜਵਾਬ ਦਿੱਤਾ ਸੀਗਾ ਕਿ ਗੁਰਾਂ ਆਖਿਆ ਗੱਲਾਂ ਦੇ ਨਾਲ। ਹੁਣ ਅੱਜ ਦੇ ਸਮੇਂ ਜਿਹੜੇ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਗੱਲ ਕਰੇ ਹਾਂ, ਉਹ ਵੀ ਵਿੱਚ ਆਉਂਦਾ ਜ਼ਿਕਰ ਇੱਕ ਕਵੀ ਦੀ ਕਲਪਨਾ ਆ ਕਿ ਗੁਰਾਂ ਆਖਿਆ ਗੱਲਾਂ ਦੇ ਨਾਲ ਕਰਦਾ ਮੇਰੇ ਦਿਲ ਦੀ ਰਵਾਬ ਦੀ ਤਾਰ ਟੁਕੜੇ, ਹਰ ਨਾਨਕ ਦਰਵੇਸ਼ ਦੇ ਬਾਦਸ਼ਾਹ ਵੀ ਵੇਖੇ ਮੰਗਦੇ ਕਈ ਹਜ਼ਾਰ ਟੁਕੜੇ, ਮੇਰੇ ਜਿਗਰ ਦਾ ਹੋਏਗਾ ਇੱਕ ਟੁਕੜਾ, ਉਹਦੇ ਜਿਗਰ ਦੇ ਹੋਣਗੇ ਚਾਰ ਟੁਕੜੇ, ਦੋ ਹੋਣਗੇ ਵਿੱਚ ਚਮਕੌਰ ਟੁਕੜੇ, ਦੋ ਹੋਣਗੇ ਵਿੱਚ ਦੀਵਾਰ ਟੁਕੜੇ, ਉਹ ਮੁਗਲਾ ਤੇਗ ਬਹਾਦਰ ਹੈ ਨਾ ਮੇਰਾ ਗੱਲਾਂ ਨਾਲ ਨੀ ਹੁੰਦਾ ਪਿਆਰ ਟੁਕੜੇ, ਤੇਰੀ ਤੇਗ ਧਰਾ ਕੇ ਸੀਸ ਤੇ ਮੈਂ ਇਸ ਤੇਗ ਦੇ ਉੱਤੋਂ ਹਜ਼ਾਰ ਟੁਕੜੇ। ਵਕਤ ਉਹੀ ਆ ਕਿ ਜਦੋਂ ਜਿਹੜਾ ਨਾ ਜਿਹੜਾ ਵਜ਼ੀਰ ਖਾਨ ਸੀਗਾ, ਉਹਨਾਂ ਗੁਰੂ ਸਾਹਿਬ ਉਹਨਾਂ ਦੇ ਹੱਥ ਨਹੀਂ ਲੱਗੇ, ਉਹਨਾਂ ਨੂੰ ਇਸ ਗੱਲ ਦੀ ਬੜੀ ਚਿੜ ਸੀ ਤੇ ਜਦੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਗ੍ਰਿਫਤ ਚ ਆ ਗਏ, ਉਹਨਾਂ ਨੇ ਕਿਹਾ ਕਿ ਹੁਣ ਮੇਰੇ ਚਰਨਾਂ ਚੱਕ ਕੇ ਦੇਖੂ, ਪਰ ਏਦਾਂ ਹੋ ਨਹੀਂ ਸਕਦਾ ਸੀ। ਇਹ ਜਦੋਂ ਨਾ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਦੀਨ ਕਬੂਲ ਕਰਨ ਦੀ ਗੱਲ ਕਹੀ ਗਈ ਤੇ ਉਸ ਵੇਲੇ ਦੀ ਆਬੋ ਹਵਾ ਦਾ ਇੱਕ ਸੀਨ ਜਿਹੜਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਕੀ ਕਿਹਾ ਹੋਊਗਾ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲਓ ਜਰਾ ਦਿਲ ਕੇ ਕਾਨ ਸੇ, ਕਹਿ ਰਹੇ ਹੈ ਹਮ ਤੁਮੇ ਖੁਦਾ ਕੀ ਜ਼ਬਾਨ ਸੇ। ਇਹ ਦੀਨ ਨਹੀਂ ਕਬੂਲ ਕਰਨਾ, ਇਹ ਗੋਡਾ ਚਪਣੀ ਦਾ ਤੁਸੀਂ ਛਿੱਲ ਤਾਂ ਸਕਦੇ ਹੋ, ਇੱਟ ਨਾ ਤੋੜੋ, ਪਰ ਅਸੀਂ ਸਾਹਿਬੇ ਦਸਵੇਂ ਪਾਤਸ਼ਾਹ ਦੇ ਪੁੱਤਰ ਆ, ਅਸੀਂ ਦੀਨ ਕਬੂਲ ਨਹੀਂ ਕਰਨਾ। ਜੀ ਪਰ ਸਾਹਿਬ ਆਪਣਾ ਬ੍ਰੇਕ ਦਾ ਸਮਾਂ ਲੰਘ ਗਿਆ, ਤਕਰੀਬਨ 3 ਮਿੰਟ ਉੱਪਰ ਹੋ ਗਏ ਤੇ ਬਾਕੀ ਗੱਲਬਾਤ ਬਹੁਤ ਵਧੀਆ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਤੁਹਾਡੀ ਜੀ, ਜ਼ਰੂਰ ਅਸੀਂ ਫਿਰ ਦੁਬਾਰਾ ਕਿਤੇ ਇਸੇ ਗੱਲਬਾਤ ਨੂੰ ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ। ਮਿਹਰਬਾਨੀ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਗੱਲਾਂ ਬਾਤਾਂ ਜਿਹੜੀਆਂ ਭੌਰਾ ਸਾਹਿਬ ਵੀ ਬੜੀਆਂ ਵਧੀਆ ਗੱਲਾਂ ਕਰਦੇ ਸੀ। ਪਰ ਬ੍ਰੇਕ ਤੋਂ ਬਾਅਦ ਮੈਂ ਚਾਹਾਂਗਾ ਸਾਡੇ ਜਿਹੜੇ ਦਰਸ਼ਕ ਨੇ, ਲੱਖਾਂ ਦਰਸ਼ਕ ਪ੍ਰੋਗਰਾਮ ਦੇਖਦੇ ਹੋ, ਕਾਲਾਂ ਤੁਹਾਡੀਆਂ ਤੜਾ ਤੜਾ ਆਉਣੀਆਂ ਸ਼ੁਰੂ ਹੋ ਗਈਆਂ, ਤੁਸੀਂ ਜਾਣਕਾਰੀ ਮੈਂ ਚਾਹੁੰਦਾ ਅੱਜ, ਚਾਹੇ ਥੋੜ੍ਹੇ ਬੱਚੇ ਦੇਖਦੇ ਹੋਣਗੇ ਪ੍ਰੋਗਰਾਮ 'ਚ, ਜ਼ਿਆਦਾ ਦੇਖਦੇ ਹੋਣਗੇ, ਨੌਜਵਾਨ ਵੀ ਦੇਖਦੇ ਹੋਣਗੇ ਕੁਛ ਹੱਦ ਤੱਕ, ਵੈਸੇ ਪੰਜਾਬੀ ਚੈਨਲ ਬੱਚੇ ਥੋੜ੍ਹਾ ਜਿਹਾ ਘੱਟ ਦੇਖਦੇ ਨੇ, ਫਿਰ ਵੀ ਮੈਨੂੰ ਪਰਮਾਤਮਾ ਦੀ ਕਿਰਪਾ ਕਹਿ ਲਓ, ਤੁਹਾਡਾ ਆਸ਼ੀਰਵਾਦ ਕਹਿ ਲਓ, ਅਤੇ ਕਾਫੀ ਲੋਕ ਜਦੋਂ ਮਿਲਦੇ ਆ ਬੱਚੇ ਜਿਹੜੇ ਮਿਲਦੇ ਨੇ ਉਹ ਦੇਖਦੇ ਨੇ ਪ੍ਰੋਗਰਾਮ ਤਾਂ ਬੜਾ ਵਧੀਆ ਲੱਗਦਾ। ਸੋ ਅੱਜ ਵੀ ਜਿੰਨੇ ਬੱਚੇ ਪ੍ਰੋਗਰਾਮ ਦੇਖਦੇ ਹੋਣਗੇ ਜਾਂ ਨੌਜਵਾਨ ਮੁੰਡੇ ਕੁੜੀਆਂ ਪ੍ਰੋਗਰਾਮ ਦੇਖਦੇ ਹੋਣਗੇ ਤਾਂ ਉਹਨਾਂ ਵਾਸਤੇ ਬਹੁਤ ਜਾਣਕਾਰੀ ਆ, ਬਹੁਤ ਵੱਡੀ ਜਾਣਕਾਰੀ ਸਿੱਧ ਹੋਏਗੀ। ਸੋ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰਕੇ ਕੀ ਜਾਣਕਾਰੀ ਦੇਣੀ ਚਾਹੁੰਦੇ ਹੋ ਇਸ ਹਫਤੇ ਬਾਰੇ, ਇਸ ਖਾਸ ਤੌਰ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ, ਤਾਂ ਜ਼ਰੂਰ ਦਿਓ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ।
ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਤੁਹਾਡੇ ਵਿਚਾਰ ਜਾਣਨ ਦਾ ਸਮਾਂ ਆ ਗਿਆ। ਗੱਲ ਉਹੀ ਕਰਦੇ ਹਾਂ ਵੀ ਅੱਜ ਕੱਲ੍ਹ ਸਾਨੂੰ ਕੀ ਕਰਨਾ ਚਾਹੀਦਾ, ਖਾਸ ਤੌਰ 'ਤੇ ਸਿੱਖ ਕੌਮ ਦੀ ਅਗਰ ਗੱਲ ਕਰੀਏ। ਮੁਹਰਮ ਵਾਲੇ ਕਹਿੰਦੇ ਨੇ ਉਹਨਾਂ ਦਾ ਵੀ ਜਦੋਂ ਇੱਕ ਸ਼ਹੀਦੀ ਦਿਨ ਹੁੰਦਾ 40 ਦਿਨ ਵਾਸਤੇ, ਉਹ ਆਪਣੇ ਕੋਈ ਵਿਆਹ ਸ਼ਾਦੀਆਂ ਵਗੈਰਾ ਕੋਈ ਖੁਸ਼ੀ ਦਾ ਫੰਕਸ਼ਨ ਇਹਨਾਂ ਦਿਨਾਂ ਦੇ ਵਿੱਚ ਨਹੀਂ ਰੱਖਦੇ ਜਿਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ ਇਹ ਹੁੰਦਾ ਹੈ। ਆਪਣੇ ਵੀ ਬਹੁਤ ਸਾਰੇ ਲੋਕ ਐਸੇ ਹੈਗੇ ਨੇ ਜਿਹੜੇ ਪੂਰੀ ਸ਼ਰਧਾ ਰੱਖਦੇ ਨੇ, ਅਤੇ ਇਹਨਾਂ ਦਿਨਾਂ ਦੇ ਵਿੱਚ ਕਈ ਲੋਕ ਮੈਂ ਦੇਖਿਆ ਕਿ ਮੰਜੇ ਉੱਪਰ ਜਾਂ ਬੈੱਡ ਦੇ ਉੱਪਰ ਵੀ ਨਹੀਂ ਪੈਂਦੇ ਸ਼ਰਧਾ ਦੇ ਤੌਰ 'ਤੇ। ਸੋ ਕੀ ਹੋਣਾ ਚਾਹੀਦਾ, ਕੀ ਤੁਸੀਂ ਦੋ ਸ਼ਬਦ ਜਿਹੜੇ ਉਹ ਕਹਿਣੇ ਚਾਹੁੰਦੇ ਹੋ ਇਸ ਮਹਾਨ ਲਾਸਾਨੀ ਕੁਰਬਾਨੀ? ਵੈਸੇ ਤਾਂ ਕੋਈ ਸ਼ਬਦ ਹੈ ਨਹੀਂ, ਅਸੀਂ ਤਾਂ ਕੁਛ ਵੀ ਨਹੀਂ ਹੈਗੇ ਸ਼ਬਦ ਬੋਲਣ ਵਾਲੇ, ਫਿਰ ਵੀ ਚਲੋ ਜੋ ਸਾਡੇ ਮਨ ਮੰਦਰਾਂ ਦੇ ਵਿੱਚ ਹੈਗਾ ਅਸੀਂ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੱਗੀ ਜੀ, ਮੈਂ ਗੁਰਦੀਪ ਸਿੰਘ ਸੰਧਾ ਬੋਲ ਰਿਹਾ ਜੀ। ਜੀ ਸੰਧਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ, ਕਾਫੀ ਦਿਨਾਂ ਬਾਅਦ ਦਰਸ਼ਨ ਮਿਲੇ ਹੋਏ ਫੋਨ ਤੇ। ਹਾਂਜੀ ਬਿਲਕੁਲ, ਟੁੱਟੇ ਨਹੀਂ ਤੁਹਾਡੇ ਨਾਲੋਂ, ਜੁੜੇ ਰਹਾਂਗੇ, ਜੁੜੇ ਰਹੇ ਹਾਂ, ਜੁੜੇ ਰਹਾਂਗੇ, ਪਰ ਕਦੀ ਕਦੀ ਹੋ ਜਾਂਦਾ ਜੀ। ਕੀ ਕਹਿਣਾ ਚਾਹੁੰਦੇ, ਆਪਣੇ ਕੋਲ ਕਾਲਾਂ ਬਹੁਤ ਜ਼ਿਆਦਾ ਨੇ, ਤੇ ਜ਼ਰੂਰ ਤੁਸੀਂ ਦੋ ਸ਼ਬਦ ਕੋਈ ਹੈ। ਹਾਂਜੀ, ਮੈਂ ਕਹਿੰਦਾ ਕਿ ਸਿੱਖ ਇਤਿਹਾਸ ਵਿੱਚ ਦਸੰਬਰ 20 ਤੋਂ ਲੈ ਕੇ ਦਸੰਬਰ 27 ਤੱਕ ਦੇ ਇਹ 7 ਦਿਨ ਬਹੁਤ ਹੀ ਸੋਗ ਭਰੇ ਨੇ, ਤੇ ਮੈਂ ਇੱਕ ਛੋਟੀ ਕਵਿਤਾ ਲਿਖੀ ਹੈ, ਜਦੋਂ ਤੁਸੀਂ ਚਾਹੋ ਬੰਦ ਕਰ ਦਿਓ ਤੁਹਾਡਾ ਟਾਈਮ ਦਾ, ਤੁਸੀਂ ਕੋਸ਼ਿਸ਼ ਕਰਿਓ ਛੋਟੀ ਰੱਖਿਓ, ਸੁਣਾਓ ਜ਼ਰੂਰ ਜੀ। ਹਾਂਜੀ, ਦਸੰਬਰ 20 1704 ਈਸਵੀ ਨੂੰ ਬਾਜਾ ਵਾਲੇ ਨੇ ਅਨੰਦਪੁਰ ਸਾਹਿਬ ਸੀ ਛੱਡ ਦਿੱਤਾ। 18 ਸਾਲ ਦੇ ਬਾਬਾ ਅਜੀਤ ਸਿੰਘ ਜੀ ਤੇ 14 ਸਾਲ ਦੇ ਬਾਬਾ ਜੁਝਾਰ ਸਿੰਘ ਜੀ ਨੇ, ਜਦੋਂ ਇਹ ਉਮਰ ਜਵਾਨੀਆਂ ਮਾਨਣ ਦੀ ਹੁੰਦੀ ਹੈ, ਉਦੋਂ ਧਰਮ ਤਿਆਗਣ ਨਾਲੋਂ ਮੌਤ ਨੂੰ ਗਲੇ ਲਗਾਉਣ ਦਾ ਸੀ ਪ੍ਰਣ ਕੀਤਾ। ਦਸੰਬਰ 22 ਨੂੰ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੇ ਆਪਣੇ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਸੀ ਸ਼ਹਾਦਤ ਦਾ ਜਾਮ ਪੀਤਾ। ਗੰਗੂ ਧਰਮੀ ਨੇ ਲਾਲਚ ਬਸ ਚੁਗਲੀ ਕਰਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸੂਬਾ ਸਰਹੰਦ ਵਜ਼ੀਰ ਖਾਂ ਕੋਲ ਸੀ ਗ੍ਰਿਫਤਾਰ ਕਰਵਾ ਦਿੱਤਾ। ਦਸੰਬਰ 25 ਤੇ 26 ਨੂੰ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਦਾਦੀ ਦੀਆਂ ਕਹਾਣੀਆਂ ਨੇ ਸੀ ਆਪਣਾ ਅਸਰ ਵਿਖਾ ਦਿੱਤਾ। ਸੂਬਾ ਸਰਹੰਦ ਨੇ ਕੋਰੀ ਸੂਬਾ ਸਰਹੰਦ ਨੂੰ ਕੋਰੀ ਨਾ ਕਰਕੇ ਗੋਬਿੰਦ ਦਿਆਂ ਲਾਲਾ ਨੇ ਧਰਮ ਨੂੰ ਤਿਆਗਣ ਨਾਲੋਂ ਮੌਤ ਨੂੰ ਗਲੇ ਲਗਾਉਣ ਦਾ ਫੈਸਲਾ ਸੁਣਾ ਦਿੱਤਾ। 8 ਤੇ 6 ਸਾਲ ਦੀ ਉਮਰ ਜਦੋਂ ਖੇਲਣ ਮਿਲਣ ਦੀ ਹੁੰਦੀ ਹੈ, ਆਪਣੀ ਸਿੱਖੀ ਦੇ ਲਈ ਸੀ ਆਪਣੇ ਆਪ ਨੂੰ ਨੀਹਾਂ ਚ ਚਿਣਵਾ ਦਿੱਤਾ। ਸ਼ਹੀਦ ਕਦੇ ਮਰਦੇ ਨਹੀਂ, ਮੌਤ ਤਾਂ ਜ਼ੁਲਮ ਦੀ ਹੁੰਦੀ ਹੈ, ਸੱਚ ਕਰਕੇ ਸੂਬਾ ਸਰਹੰਦ ਦੇ ਵਜ਼ੀਰ ਖਾਂ ਨੂੰ ਸੀ ਦਿਖਾ ਦਿੱਤਾ। ਕਿੱਡਾ ਦਿਲ ਸੀ ਮੇਰੇ ਗੁਰੂ ਗੋਬਿੰਦ ਸਿੰਘ ਜੀ ਦਾ, ਜਿਹਨਾਂ ਸੀ ਨਾ ਕੀਤੀ ਤੇ ਆਪਣੇ ਮੁੱਖ ਤੋਂ ਇਹ ਬੋਲ ਉਚਾਰ ਕੇ ਚਾਰ ਮੂਹੇ ਤੋਂ ਕਿਹਾ ਹੋਆ। ਜੀਵਤ ਕੇ ਹਜ਼ਾਰੇ ਸਾਰੇ ਸਿੱਖਾਂ ਦਾ ਮਾਣ ਵਧਾ ਦਿੱਤਾ, ਚਿੜੀਆਂ ਨੂੰ ਬਾਜ ਤੇ ਗਿੱਦੜਾਂ ਨੂੰ ਸ਼ੇਰ ਬਣਾ ਦਿੱਤਾ, ਇੱਕ ਨਵਾਂ ਖਾਲਸਾ ਸਜਾ ਦਿੱਤਾ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੋਹਨ ਸਿੰਘ ਚਰਖਾ ਜੀ। ਕੌਣ ਬੋਲ ਰਹੇ ਜੀ? ਮੋਹਨ ਸਿੰਘ ਚਰਖਾ ਜੀ। ਜੀ ਜੀ, ਸਰਦਾਰ ਮੋਹਨ ਸਿੰਘ ਜੀ, ਕੀ ਕਹਿਣਾ ਚਾਹੁੰਦੇ ਜੀ ਅੱਜ ਆਹ ਹਫ਼ਤਾ ਜਿਹੜਾ ਸਾਡੇ ਵਾਸਤੇ? ਹਾਂਜੀ ਬੋਲਾਂਗੇ ਇਸ ਟਾਈਮ ਤੇ। ਹਾਂਜੀ ਹੈਲੋ। ਹਾਂਜੀ ਗੁਰੂ ਗੋਬਿੰਦ ਸਿੰਘ ਬੋਲਾਂਗੇ ਜੀ, ਡੇਢ ਮਿੰਟ। ਤੁਹਾਡੀ ਆਵਾਜ਼ ਨਹੀਂ ਸਮਝ ਆ ਰਹੀ ਮੋਹਨ ਸਿੰਘ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਨੂੰ ਤੁਹਾਡੀ ਆਵਾਜ਼ ਸਮਝ ਆ ਰਹੀ ਹੈ ਜੀ। ਹੈਲੋ, ਹਾਂਜੀ ਕੀ ਕਹਿਣਾ ਚਾਹੁੰਦੇ? ਥੋੜਾ ਜਿਹਾ ਹੌਲੀ। ਗੁਰੂ ਗੋਬਿੰਦ ਸਿੰਘ ਬਾਰੇ ਇੱਕ ਸ਼ੇਰ ਕਹਿ ਰਿਹਾ ਜੀ, ਰਵਾਈ ਕਹਿ ਰਿਹਾ। ਜ਼ਰੂਰ ਜ਼ਰੂਰ। ਦਰਸ਼ਨ ਪਿਤਾ ਨੇ ਪਿਤਾ ਦੀ ਬਲੀ ਦੇ ਕੇ ਬੇੜਾ ਬੇਸ਼ਰਮ ਵਿਚਾਰਿਆ ਏ ਜੀ। ਦਰਸ਼ਨ ਪਿਤਾ ਨੇ ਪਿਤਾ ਦੀ ਬਲੀ ਦੇ ਕੇ ਬੇੜਾ ਬੇਸ਼ਰਮ ਨੂੰ ਵਿਚਾਰਿਆ ਏ, ਪੁੱਤਰ ਵਾਰਨ ਦੀ ਵੀ ਤਰਜੀਬ ਦੇਖੋ, ਦੋ ਦਾ ਜੋੜਾ ਬਣਾ ਰਿਹਾ ਏ ਜੀ। ਜੋੜਾ ਵਿੱਚ ਚਮਕੌਰ ਦੇ ਵਾਰਿਆ ਏ, ਜੋੜਾ ਵਿੱਚ ਸਰਹੰਦ ਚੜਵਾ ਰਿਹਾ ਏ, ਰੋਸ਼ਨ ਕਰ ਲਈ ਦੇਸ਼ ਦੇ ਚਾਰ ਕੋਨੇ, ਆਪਣਾ ਦੀਵਾ ਚਮੁਖੀਆ ਬਜਾ ਰਿਹਾ ਏ, ਰੋਸ਼ਨ ਕਰ ਲਈ ਦੇਸ਼ ਦੇ ਚਾਰ ਕੋਨੇ, ਆਪਣਾ ਦੀਵਾ ਚਮੁਖੀਆ ਬਜਾ ਰਿਹਾ ਏ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਵਧੀਆ ਲਾਈਨਾਂ ਸੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਰਾਜਕੁਮਾਰ ਜੀ। ਬੇਟਾ ਜੀ, ਮੇਰੇ ਵੀਰ ਜੀ, ਮੇਰੀ ਯਾਰ ਜੀ, ਮੇਰੇ ਭਰਾ ਜੀ ਜੀ, ਚਲੋ ਖੁਸ਼ਖਬਰੀ। ਮੈਂ ਚਲੋ ਆਪਣਾ ਬਹੁਤ ਮਾਹੌਲ ਚੱਲ ਰਿਹਾ ਸ਼ਰਧਾ ਵਾਲਾ ਵੈਸੇ, ਪਰ ਖੁਸ਼ਖਬਰੀ ਤੁਹਾਡੇ ਵਾਸਤੇ ਵੀ ਅਤੇ ਸਾਡੇ ਦਰਸ਼ਕਾਂ ਵਾਸਤੇ ਵੀ, ਅਰਜਨ ਸਿੰਘ ਅਣਜਾਣ ਸਾਹਿਬ ਨੂੰ ਮੈਂ ਹੁਣੇ ਰਾਜ਼ੀ ਕੀਤਾ ਅਤੇ ਉਹਨਾਂ ਨੂੰ ਹਫ਼ਤੇ 'ਚ ਇੱਕ ਦਿਨ ਜ਼ਰੂਰ ਦਰਸ਼ਨ ਕਰਿਆ ਕਰਾਂਗੇ ਉਹਨਾਂ ਦੇ ਫੋਨ 'ਤੇ।
ਬੜੀ ਮਿਹਰਬਾਨੀ ਮੇਰੀ, ਬਹੁਤ ਹੀ ਬੁੱਧਵਾਰ ਮੇਰੇ ਬੁੱਧਵਾਰ ਦਾ ਦਿਨ ਰੱਖ ਲਈਏ, ਸ਼ੁੱਕਰਵਾਰ ਪ੍ਰੋਗਰਾਮ ਤਕਰੀਬਨ ਰਿਕਾਰਡਡ ਹੁੰਦਾ ਕਈ ਵਾਰੀ। ਤੇ ਹਾਂਜੀ ਕੀ ਕਹਿਣਾ ਚਾਹੁੰਦੇ ਰਾਜਕੁਮਾਰ ਜੀ? ਰਾਜਕੁਮਾਰ ਜੀ ਮੈਂ ਜੀ ਮੈਂ ਦਰਸ਼ਨ ਕੀਤੇ ਆ ਸਾਰੀ ਜਗ੍ਹਾ ਦੇ, ਸਾਰਾ ਆਪਣੇ ਇਤਿਹਾਸਿਕ ਜਗ੍ਹਾ ਦੇ, ਮੈਂ ਬੜਾ ਵੱਡਾ ਭਾਗੀ ਸਮਝਦਾ ਹਾਂ। ਮੈਂ ਠੰਡਾ ਬੁਰਜ ਵੀ ਵੇਖਿਆ, ਦੀਵਾਰ ਵੀ ਵੇਖੀ ਜਿੱਥੇ ਸਾਡੇ ਸ਼ਹਿਜ਼ਾਦੇ ਚੁਣੇ ਗਏ, ਤੇ ਉਹ ਮੋਟੀ ਰਾਮ ਮੋਟੀ ਸ਼ਾਹ ਨੇ ਜਿਹੜਾ ਆਪਣਾ ਖਰੀਦਿਆ ਸੀਗਾ ਜਗ੍ਹਾ ਜਿੱਥੇ ਸੰਸਕਾਰ ਕੀਤਾ ਗਿਆ ਸੀ, ਉਹ ਵੀ ਜਗ੍ਹਾ ਮੈਂ ਵੇਖੀ। ਮੈਂ ਸਾਰੇ ਮੇਰੇ ਭਰਾ ਸਰਪੰਚ ਦੇ ਸਹੁਰੇ ਆ ਉੱਥੇ, ਤੇ ਸਹੁਰੇ ਉਹਨਾਂ ਨੇ ਬੜੀ ਸੇਵਾ ਕੀਤੀ, ਤੇ ਉੱਥੇ ਬੈਠਾ ਵਿਖਾਉਣ ਵਿੱਚ ਇੱਕ ਇੱਕ ਜਗ੍ਹਾ ਉਹਨਾਂ ਨੇ ਦਿਖਾਈ, ਤੇ ਮੈਂ ਦਰਸ਼ਨ ਕੀਤੇ ਹੋਏ ਜੀ ਸਾਰੇ। ਮੈਂ ਬੜਾ ਭਾਗੀ ਸਮਝਦਾ ਆਪਣੇ ਆਪ ਨੂੰ। ਚਲੋ ਜੀ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਤੁਹਾਡੀ ਵੀ ਮੈਨੂੰ ਸਮਾਂ ਦੇਣ ਵਾਸਤੇ ਤੇ ਖੁਸ਼ਖਬਰੀ ਦੇਣ ਵਾਸਤੇ। ਚਲੋ ਮਿਹਰਬਾਨੀ। ਹੈਲੋ, ਤੁਹਾਡਾ ਵੀ ਜਨਜਾਨ ਸਾਹਿਬ ਦਾ ਮੈਂ ਸਭ ਦਾ ਬੜਾ ਸਮਝਦੀ ਹਾਂ ਜੀ। ਹੈਲੋ 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 ਜੀ ਜੀ ਸਤਿ ਸ੍ਰੀ ਅਕਾਲ ਜੀ ਸੁਰਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੱਗੀ ਵੀਰੇ, ਕੀ ਹਾਲ ਚਾਲ? ਬਹੁਤ ਵਧੀਆ ਜੀ, ਬਹੁਤ ਵਧੀਆ। ਦੇਖੋ ਜੀ, ਅੱਜ 10ਵੇਂ ਪਾਤਸ਼ਾਹ ਦੀ ਤਾਰੀਫ ਦੇ ਵਿੱਚ ਜਾਂ ਉਹਨਾਂ ਵਾਸਤੇ ਐਡੀ ਵੱਡੀ ਕੁਰਬਾਨੀ ਦੇ ਅੱਗੇ, ਵੈਸੇ ਤਾਂ ਸਾਡੇ ਸਾਰੇ ਸ਼ਬਦ ਜਿਹੜੇ ਬਹੁਤ ਛੋਟੇ ਨੇ, ਬੌਣੇ ਨੇ, ਫਿਰ ਵੀ ਹਾਂਜੀ ਕੀ ਕਹਿਣਾ ਚਾਹੁੰਦੇ? ਦੇਖੋ ਇਹ ਜੋ ਆਪਾਂ ਕਰ ਰਹੇ ਹਾਂ, ਇਹ ਮੇਰੀਆਂ ਗੱਲਾਂ ਤਾਂ ਚਲੋ ਨਹੀਂ ਚੰਗੀਆਂ ਲੱਗਣੀਆਂ ਤੁਹਾਨੂੰ ਨਾ ਸਰੋਤਿਆਂ ਨੂੰ, ਇਹ ਨਹੀਂ ਸਾਡਾ ਇਤਿਹਾਸ। ਸਾਡਾ ਇਤਿਹਾਸ ਹੈਗਾ ਜਿਹੜਾ ਪ੍ਰੈਕਟੀਕਲ ਆ, ਪ੍ਰੈਕਟੀਕਲ ਕਰਨਾ ਆ, ਬੋਲ ਕੇ ਮਨਾ ਕੇ ਨਹੀਂ। ਕਿਉਂਕਿ ਕਿਸੇ ਵੀ ਗੁਰੂ ਨੇ ਆਪਣੀ ਹਯਾਤੀ ਦੇ ਵਿੱਚ ਕਿਸੇ ਗੁਰੂ ਦਾ ਜਨਮ ਦਿਨ, ਕਿਸੇ ਗੁਰੂ ਦਾ ਮਰਨ ਦਿਨ, ਅਮੂਮਨ 32 ਸਾਲ ਗੁਰੂ ਗੋਬਿੰਦ ਸਿੰਘ ਜੀਂਦੇ ਰਹੇ ਆਪਣੇ ਪਿਤਾ ਤੋਂ ਬਾਅਦ, ਇੱਕ ਦਿਨ ਵੀ ਨਾ ਉਹਨਾਂ ਦੀ ਸ਼ਹੀਦੀ ਨਾ ਉਹਨਾਂ ਦਾ ਕੋਈ ਕੁਝ ਦਿਨ ਨਹੀਂ ਮਨਾਇਆ। ਹਾਂ ਉਹਨਾਂ ਦੀ ਸੋਚ ਨੂੰ ਗਾਹਾਂ ਵਧਾਇਆ, ਜੋ ਕਰਕੇ ਗਏ ਸੀ ਉਹਨੂੰ ਵਧਾਇਆ ਗਾ। ਕੀ ਬਾਤ ਹੈ! ਅਸੀਂ ਅੱਜ ਕੀ ਕਰਦੇ ਹਾਂ, ਅਸੀਂ ਲੰਗਰ ਲਾ ਲਾ ਕੇ ਛੱਡਤੇ ਆ, ਸਭ ਕੋ ਕਰਤਾ, ਸਭ ਕੋ ਬਹੁਤ ਬਹੁਤ ਹੋ ਰਿਹਾ ਪੈਸੇ, ਅਸੀਂ ਸਮਝਿਆ ਸਿੱਖੀ ਕਰਾ ਮੁਗਲ ਖਰੀਦ ਹੋ ਰਹੇ। ਨਹੀਂ ਨਹੀਂ, ਇਹਨੂੰ ਪ੍ਰੈਕਟੀਕਲ ਆ ਸਾਡਾ ਇਤਿਹਾਸ, ਇਹ ਪ੍ਰੈਕਟੀਕਲ ਕਰਨਾ ਪੈਣਾ। ਪ੍ਰੈਕਟੀਕਲ ਕਰਨ ਵਾਸਤੇ ਸੁਰਿੰਦਰ ਸਿੰਘ ਜੀ, ਪ੍ਰੈਕਟੀਕਲ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਜਾਂ ਕਿਹਨੂੰ ਕਰਨਾ ਚਾਹੀਦਾ, ਇਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਤੁਸੀਂ ਆਪਣਾ ਵਿਚਾਰ ਜਿਹੜੇ ਪੇਸ਼ ਕਰੋ। ਪਹਿਲਾਂ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਗੁਰਬਾਣੀ 'ਚੋਂ ਸਭ ਕੁਛ ਲੱਭਦਾ, ਇਤਿਹਾਸ ਵੀ ਲੱਭਦਾ ਆ, ਪ੍ਰੈਕਟੀਕਲ ਵੀ ਲੱਭਦਾ, ਉਹਦੇ ਵਿੱਚੋਂ ਸਾਰਾ ਕੁਛ ਲੱਭਦਾ, ਕਿੱਦਾਂ ਬੰਦੇ ਨੇ ਜੀਣਾ, ਕੀ ਕਰਨਾ, ਉਹਦੇ ਵਿੱਚੋਂ ਸਭ ਕੁਛ ਲੱਭਦਾ। ਆਪ ਗੁਰਬਾਣੀ ਪੜ੍ਹਨੀ ਚਾਹੀਦੀ ਆ, ਫਿਰ ਗੁਰੂਆਂ ਦੀ ਸੋਚ ਤੇ ਤੁਰਨਾ ਚਾਹੀਦਾ। ਹੁਣ ਉਹ ਮੈਂ ਸ਼ਬਦ ਇੱਥੇ ਕਹਿਣੇ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਲਿਖੇ ਵਾ, ਜੋ ਆਸਾਬ ਕਰ ਰਹੇ ਹਾਂ ਆਪਣੇ ਲਈ, ਮੈਂ 2 ਲਾਈਨਾਂ ਕਹਿੰਦਾ ਸਾਹਿਬਜ਼ਾਦਿਆਂ ਬਾਰੇ। ਜੀ ਪਲੀਜ਼। ਲੱਤ ਲਿਬ ਰੱਤ ਲਿਬੜੇ ਇਤਿਹਾਸ ਹੋਏ, ਸ਼ਹੀਦ ਚਮਕੌਰ ਅੰਦਰ ਸ਼ਹਾਦਤ ਜੀਤ ਜਿਹਾਰ, ਦੋਵੇਂ ਬਾਂਗ ਸ਼ੇਰਾਂ ਦੇ ਲੜੇ ਸੀ ਨਾਲ ਸੂਰੇ, ਪੈ ਗਏ ਬੈਰੀ ਨੂੰ ਮਰਦ ਦਹਾੜ, ਦੋਵੇਂ ਪਤ ਦੇਸ਼ ਕੌਮ ਦੀ ਢੱਕਣ ਖਾਤਰ ਵੀ ਕੱਫਣੇ ਗਏ ਸਰਦਾਰ, ਦੋਵੇਂ ਦੂਜੇ ਪਾਸੇ ਗੁਰਾਂ ਦੇ ਲਾਲ ਛੋਟੇ ਹੋਏ, ਵਿੱਚ ਸਰਹੰਦ ਤਿਆਰ, ਦੋਵੇਂ ਇੱਕ ਪੋਹ ਠਰਦਾ ਦੂਜਾ ਬੁਰਜ ਠੰਡਾ, ਜਾਨ ਕਰਦੇ ਸੀ ਠੰਡੇ ਠਾਰ, ਦੋਵੇਂ ਮਾਤਾ ਗੁਜਰ ਨੇ ਸਿਰਾਂ ਤੇ ਹੱਥ ਫੇਰੇ, ਲਾਡਾ ਨਾਲ ਸੀ ਕੀਤੇ ਤਿਆਰ, ਦੋਵੇਂ ਜਾਂਦੀ ਵਾਰ ਦਾ ਰੱਜ ਪਿਆਰ ਕੀਤਾ, ਲੈ ਘੁੱਟ ਕਲਾਵੇ ਵਿਚਕਾਰ, ਦੋਵੇਂ ਉਹ ਲੋਕੋ ਅਣਖਿਆ ਮਾਨ ਤੇ ਸਿਰੜ ਖਾਤਰ, ਗਏ ਤਖਤਾਂ ਨੂੰ ਠੋਕਰ ਮਾਰ, ਦੋਰੇ ਧਨ ਸੀ ਉਹ ਕੌਮ ਦੀ ਸ਼ਾਨ ਬਦਲੇ, ਚਿਣੇ ਗਏ ਵਿੱਚ ਦਵਾਰ, ਦੋਵੇਂ ਧਨ ਸੀ ਉਹ ਕੌਮ ਦੀ ਸ਼ਾਨ ਬਦਲੇ, ਚਿਣੇ ਗਏ ਦਵਾਰ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਹੀ ਮਾਹੌਲ ਜਿਹੜਾ ਜਦੋਂ ਇੱਦਾਂ ਦੀਆਂ ਗੱਲਾਂ ਸੁਣਦੇ ਜਾਂ ਅਸੀਂ ਕੋਈ ਵੀਡੀਓ ਦੇਖਦੇ ਹਾਂ, ਜਿਹੜੇ ਗੀਤ ਬਣੇ ਨੇ, ਗੀਤ ਹਾਲਾਂਕਿ ਆਪਣੇ ਹਿਸਾਬ ਨਾਲ ਗੱਲਬਾਤ ਕਰਦੇ ਨੇ, ਪਰ ਫਿਰ ਵੀ ਬਹੁਤ ਔਖਾ ਹੋਏਗਾ ਉਦੋਂ ਰਿਹਾ, ਤਾਂ ਹੀ ਫਿਰ ਉਹ ਗੁਰੂ ਨੇ, ਤਾਂ ਹੀ ਫਿਰ ਬਾਕੀ ਕੋਈ ਜਿਹੜੇ ਲੋਕ ਨੇ, ਇਹੋ ਜਿਹੇ ਜਜ਼ਬੇ, ਕੁਰਬਾਨੀ ਦਾ ਜਜ਼ਬਾ ਨਹੀਂ ਹੈ ਕਿਸੇ 'ਚ, ਬੱਚਿਆਂ ਦੇ ਵਿੱਚ ਤਾਂ ਬਿਲਕੁਲ ਅੱਜ ਕੱਲ੍ਹ ਉਹ ਚੀਜ਼ ਨੇੜੇ ਤੇੜੇ ਵੀ ਨਹੀਂ ਹੈ ਵੀ ਉਸ ਤਰ੍ਹਾਂ ਨੂੰ ਅਸੀਂ ਸੋਚ ਕੇ ਮਹਿਸੂਸ ਕਰੀਏ, ਉਸ ਤਰ੍ਹਾਂ ਅਸੀਂ ਵੀ ਕੁਛ ਕਰਨ ਦੀ ਕੋਸ਼ਿਸ਼ ਕਰੀਏ। ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਅਤੇ ਕਾਲਾਂ ਵਾਲੇ ਪਾਸੇ ਚੱਲਦੇ ਹਾਂ। ਕੀ ਵਿਚਾਰ ਨੇ ਤੁਹਾਡੇ, ਕੀ ਕੁਛ ਕਹਿਣਾ ਚਾਹੁੰਦੇ ਹੋ? ਗੱਲ ਮੈਨੂੰ ਸੁਰਿੰਦਰ ਸਿੰਘ ਜੀ ਦੀ ਇਹ ਬੜੀ ਚੰਗੀ ਲੱਗੀ ਕਿ ਪ੍ਰੈਕਟੀਕਲੀ ਅਸੀਂ ਕਿਵੇਂ ਕਰ ਸਕਦੇ ਹਾਂ। ਸ਼ਹੀਦੀ ਦਿਵਸ ਮਨਾਉਂਦੇ ਹਾਂ ਅਸੀਂ, ਪ੍ਰਕਾਸ਼ ਦਿਹਾੜੇ ਧੂਮਧਾਮ ਨਾਲ ਮਨਾਉਂਦੇ ਹਾਂ, ਪਰ ਪ੍ਰੈਕਟੀਕਲ ਕਿਵੇਂ ਇਹ ਹੋ ਸਕਦਾ, ਇਹ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਗੱਲ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਧਿਆਨ ਫੋਨ ਵੱਲ ਹੈ ਨਹੀਂ ਜੀ, ਮੈਂ ਕਹਿੰਦਾ ਫੋਨ ਵੱਲ ਧਿਆਨ ਹੋਣਾ ਚਾਹੀਦਾ ਤਾਂ ਗੱਲ ਬਣੇਗੀ। ਅਤੇ ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਪੈਰੀ ਪਿੰਡਾਂ ਜੀ, ਠੀਕ ਠਾਕ ਹੋ? ਛੋਟੇ ਛੋਟੇ ਹੁੰਦੇ ਆ ਸੀ ਨਾ, ਤੇ ਉਦੋਂ ਇਹ ਰਿਕਾਰਡ ਲੱਗਦੇ ਹੁੰਦੇ ਸੀ,
ਸਰਕਾਰ ਇਹਨਾਂ ਦਾ ਕਦੇ ਨਾਂ ਨੀ ਲੈਂਦੀਆਂ ਤੇ ਨਾ ਤਾਂ ਜਿਨ੍ਹਾਂ ਨੇ ਕਰਵਾ ਜਿਨ੍ਹਾਂ ਨੇ ਆਪਣਾ ਦੇਸ਼ ਆਜ਼ਾਦ ਕਰਿਆ ਉਹਨਾਂ ਦਾ ਲੈਣਾ ਇਹਨਾਂ ਨੇ ਹੈਨਾ ਇਹਨਾਂ ਨੂੰ ਤਾਂ ਕੀ ਯਾਦ ਕਰਨਾ ਸੀ ਤੇ ਮੈਂ ਤਾਂ ਬਹੁਤ ਯਾਦ ਕਰਦੀ ਆ ਹਰਜੀਤ ਬੋਲਦਾ ਹਾਂਜੀ ਹਾਂਜੀ ਹਰਜੀਤ ਸਿੰਘ ਜੀ ਬਹੁਤ ਅਰਸੇ ਦੇ ਬਾਅਦ ਮੇਰੇ ਖਿਆਲ ਕਾਲ ਮਿਲਾਈ ਤੁਸੀਂ ਮੇਰੇ ਖਿਆਲ ਦਾ ਨਵਾਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ 6-7 ਮਹੀਨੇ ਹਾਂਜੀ ਹਾਂਜੀ ਉਦੋਂ ਬਿਜ਼ੀ ਹੋ ਕਿਤੇ ਜਾਂ ਬਾਹਰ ਅੰਦਰ ਗਏ ਸੀ ਨਹੀਂ ਇੱਥੇ ਹੀ ਸੀਗੇ ਕਈ ਵਾਰੀ ਲੇਟ ਹੋ ਜਾਂਦੇ ਹਾਂਜੀ ਅੱਛਾ ਅੱਛਾ ਚਲੋ ਜ਼ਰੂਰ ਜੀ ਕੀ ਕਹਿਣਾ ਚਾਹੁੰਦਾ ਜੀ ਇਹ ਮੈਂ ਗੀਤ ਲਿਖਿਆ ਸੀਗਾ ਵਿਛੋੜਾ ਜੀ ਜ਼ਰੂਰ ਜ਼ਰੂਰ ਸੁਣਾਓ ਹਾਂਜੀ ਜੀ ਜ਼ਰੂਰ ਛੱਡ ਦਿੱਤਾ ਕਿਲਾ ਪਾਣਾ ਮਨ ਕਰ ਤਾਰਦਾ ਪੈ ਗਿਆ ਵਿਛੋੜਾ ਸਰਸਾ ਕੰਡੇ ਪਰ ਬਹੁਤ ਵਧੀਆ ਆਵਾਜ਼ ਹੈਗੀ ਇਹਨਾਂ ਦੀ ਬਹੁਤ ਵਧੀਆ ਲਿਖਦੇ ਵੀ ਨੇ ਕਲਮ ਵੀ ਬੜੀ ਅੱਛੀ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹਨਾਂ ਦੀਆਂ ਲਾਈਨਾਂ ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਜਿਹੜਾ ਵਧੀਆ ਲੱਗਿਆ ਹੁਣ ਸਾਰਾ ਜਿਵੇਂ ਵੀ ਗੱਲਬਾਤ ਕਰਦੇ ਹਾਂ ਅਸੀਂ ਪਰ ਇਹ ਜਿਹੜਾ ਹੈਗਾ ਗੱਲ ਮੁੱਕਦੀ ਉੱਥੇ ਹੀ ਆ ਕੇ ਹੈ ਕਿ ਪ੍ਰੈਕਟੀਕਲੀ ਕਿਵੇਂ ਹੋ ਸਕਦਾ ਕਿਵੇਂ ਸਿਰਫ ਇੱਕ ਕੋਈ ਵੀ ਸ਼ਹੀਦੀ ਦਿਹਾੜਾ ਜਾਂ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਤਾਂ ਉਹ ਸਿਰਫ ਅਤੇ ਸਿਰਫ ਕੋਈ ਵੀ ਗੁਰੂ ਘਰ ਮੇਰੇ ਖਿਆਲ ਮਨਾਉਂਦੇ ਆ ਤਾਂ ਜ਼ਰੂਰ ਪ੍ਰਚਾਰ ਤਾਂ ਕਰਦੇ ਨੇ ਪਰ ਇੱਕ ਪੱਖ ਜਿਹੜਾ ਹੈਗਾ ਗੋਲਕਾਂ ਵਾਲਾ ਉਹਨੂੰ ਵੀ ਅਸੀਂ ਅੱਖੋਂ ਉਹਲੇ ਨਹੀਂ ਕਰ ਸਕਦੇ ਫਿਲਹਾਲ ਬ੍ਰੇਕ ਲੈਂਦੇ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਜੀ ਬ੍ਰੇਕ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਅਕਸਰ ਹੀ ਗੱਲਬਾਤ ਦਾ ਸਮਾਂ ਜਿਹੜਾ ਨਹੀਂ ਬਚਦਾ ਕਾਲ ਲੈਣ ਦਾ ਸਮਾਂ ਤਾਂ ਮੇਰੇ ਖਿਆਲ ਕਾਫ਼ੀ ਵੇਰ ਹੋ ਜਾਂਦਾ ਕਿ ਨਹੀਂ ਬਚਦਾ ਅੱਜ ਦੀ ਅਗਰ ਗੱਲ ਕਰੀਏ ਤਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਬੜਾ ਕੁਛ ਚੰਗਾ ਸਿੱਖਣ ਨੂੰ ਮਿਲਿਆ ਹੋਏਗਾ ਕੁਛ ਨਾ ਕੁਛ ਇੱਕ ਅੱਧਾ ਅੱਖਰ ਵੀ ਅਸੀਂ ਆਪਣੇ ਪੱਲੇ ਬੰਨ ਲਈਏ ਗੱਲ ਕਰੀਏ ਉਹਨਾਂ ਦੀ ਤਿਆਗ ਦੀ ਕੁਰਬਾਨੀ ਦੀ ਅਤੇ ਨੀਤੀ ਦੀ ਤਿੰਨ ਗੱਲਾਂ ਜੇ ਯੁੱਧ ਦੀ ਨੀਤੀ ਦੀ ਗੱਲ ਕਰੀਏ ਤਾਂ ਉਹ ਵੀ ਉਹਨਾਂ ਵਰਗੀ ਕੋਈ ਨਹੀਂ ਤਿਆਗ ਜਿਹੜਾ ਉਹਨਾਂ ਨੇ ਕੀਤਾ ਉਹ ਵੀ ਉਹਨਾਂ ਵਰਗਾ ਤਿਆਗ ਕਿਸੇ ਨੇ ਨਹੀਂ ਕਰਨਾ ਅਤੇ ਕੁਰਬਾਨੀ ਵੀ ਜਿਹੜੀ ਉਹਨਾਂ ਨੇ ਦਿੱਤੀਆਂ ਕੁਰਬਾਨੀਆਂ ਸਾਰੀਆਂ ਉਹ ਵੀ ਪੂਰੀ ਦੁਨੀਆ ਦੇ ਵਿੱਚ ਮੇਰੇ ਖਿਆਲ ਕਿਸੇ ਧਰਮ ਦੇ ਵਿੱਚ ਅਜਿਹੀ ਚੀਜ਼ ਨਹੀਂ ਹੋਈ ਹੋਏਗੀ ਸੋ ਮੁੱਕਦੀ ਗੱਲ ਇਹ ਹੈ ਕਿ ਜ਼ਰੂਰਤ ਜਿਹੜੀ ਹੈਗੀ ਉਹ ਇਹੀ ਹੈ ਕਿ ਉਹਨਾਂ ਦੀਆਂ ਗੱਲਾਂ ਨੂੰ ਪ੍ਰੈਕਟੀਕਲੀ ਵਰਤੋਂ ਵਿੱਚ ਲਿਆਉਣ ਦੀ ਗੱਲ ਹੈਗੀ ਆ ਉਹਨਾਂ ਦੀਆਂ ਗੱਲਾਂ ਨੂੰ ਆਪਦੇ ਜੀਵਨ ਦੇ ਵਿੱਚ ਸ਼ਾਮਿਲ ਕਰਨ ਦੀ ਗੱਲ ਹੈਗੀ ਆ ਉਹਨਾਂ ਦੀਆਂ ਗੱਲਾਂ ਨੂੰ ਨਾ ਕੇ ਜਿਹੜੇ ਸਾਡੇ ਬਹੁਤ ਸਾਰੇ ਪ੍ਰਚਾਰਕ ਹੈਗੇ ਨੇ ਉਹਨਾਂ ਨੇ ਮੋਟੀਆਂ ਪੇਮੈਂਟਾਂ ਲੈ ਕੇ ਅਤੇ ਉਹਨਾਂ ਬਾਰੇ ਦੱਸਣਾ ਜਾ ਕੇ ਗੁਰੂ ਘਰਾਂ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ
ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਪ੍ਰਚਾਰ ਕਰਨਾ ਜੀ ਇੱਦਾਂ ਹੋਇਆ ਸੀ, ਛੋਟੇ ਸਾਹਿਬਜ਼ਾਦੇ ਇੱਦਾਂ ਹੋਏ ਸੀ, ਵੱਡੇ ਸਾਹਿਬਜ਼ਾਦੇ ਇੱਦਾਂ ਹੋਏ ਸੀਗੇ, ਦੱਸ ਕੇ ਅਤੇ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਬਣਦੀ ਪੇਮੈਂਟ ਹੁੰਦੀ ਹੈ ਜਾਂ ਲਿਫਾਫੇ ਹੁੰਦੇ ਤਾਂ ਨਾਲ ਦੀ ਨਾਲ ਉਹ ਕਈ ਤਾਂ ਪਹਿਲਾਂ ਹੀ ਫੜ ਲੈਂਦੇ, ਕਈ ਬਾਅਦ ਦੇ ਵਿੱਚ ਫੜਦੇ ਨੇ। ਸੋ ਕੁੱਲ ਮਿਲਾ ਕੇ ਸਾਰਿਆਂ ਨੂੰ ਹੀ ਹਮਲਾ ਮਾਰਨ ਦੀ ਲੋੜ ਆ, ਸਾਰਿਆਂ ਨੂੰ ਹੀ ਇਸ ਚੀਜ਼ ਦੀ ਲੋੜ, ਸੁਧਾਰ ਦੀ ਗੱਲ ਕਰੀਏ ਅਸੀਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੀ ਗੱਲ ਕਰੀਏ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਦੀ ਗੱਲ ਕਰੀਏ ਤਾਂ ਉਹਨੂੰ ਸਾਨੂੰ ਆਪਣੇ ਆਪ ਹੀ ਆਪਣੇ ਆਪ 'ਤੇ ਲਾਗੂ ਕਰਨਾ ਪਏਗਾ। ਸਰਕਾਰਾਂ ਨੇ ਜਾਂ ਸਾਡੀਆਂ ਜਥੇਬੰਦੀਆਂ ਜਿਹੜੀਆਂ ਉਹ ਮੇਰਾ ਖਿਆਲ ਨਹੀਂ ਇਸ ਮਾਮਲੇ ਦੇ ਵਿੱਚ ਜ਼ਿਆਦਾ ਕੁਛ ਕਰਨਗੀਆਂ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਠੀਕ ਲੱਗਿਆ ਹੋਊਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਨਾਲ ਦੀ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3322-09-4503-362। ਕੋਈ ਵੀ ਗੱਲਬਾਤ, ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ, ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਤਾਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।